ਕਰ ਦਿੰਦੇ ਨੇ, ਹਨੇਰੇ ਹਿਰਦਿਆਂ 'ਚ ਰੋਸ਼ਨੀ ਕਰ ਦਿੰਦੇ ਨੇ। ਦੋ ਅਕਸ਼ਰਾਂ ਦੇ ਸੰਪਰਕ 'ਚ ਆਉਣਾ ਅਤਿ ਜ਼ਰੂਰੀ ਹੈ। ਦੋ ਅਕਸ਼ਰ ਨੇ ਗੂ ਅਤੇ ਰੂ। ਗੁਰੂ, ਗੂ ਦਾ ਅਰਥ ਹੈ ਹਨੇਰਾ, ਅੰਧਕਾਰ। ਗੂ ਕਾਰਸ਼ਚ ਅੰਧਕਾਰੋ ਹੀ। ਰੂ ਦਾ ਅਰਥ ਹੈ ਪ੍ਰਕਾਸ਼। ਰੂ ਕਾਰ ਸਤੇਜ ਉੱਚਤੇ। ਜੋ ਹਨੇਰੇ ਵਿੱਚੋਂ ਕੱਢ ਕੇ ਪ੍ਰਕਾਸ਼ ਵਿੱਚ ਲੈ ਜਾਵੇ, ਸੋ ਗੁਰੂ। ਸ਼੍ਰੀ ਗੁਰੂ ਚਰਨ ਕਮਲੇਭਿਓ ਨਮਹਿ। ਜੇ ਆਤਮ ਦਰਸ਼ਨ ਹੁੰਦੇ ਨੇ ਤਾਂ ਗੁਰੂ ਕਿਰਪਾ ਨਾਲ ਹੀ ਹੁੰਦੇ ਨੇ, ਜੇ ਭਗਵਤ ਦਰਸ਼ਨ ਹੁੰਦੇ ਨੇ ਤਾਂ ਗੁਰੂ ਕਿਰਪਾ ਨਾਲ ਹੀ ਹੁੰਦੇ ਨੇ। ਗੁਰੂ ਕਿਰਪਾ ਛੂਟੇ ਸੰਸਾਰੀ, ਗੁਰੂ ਕਿਰਪਾ ਸੇ ਮਿਲੇ ਮੁਰਾਰੀ। ਸਾਡੇ ਦੂਧਾਧਾਰੀ ਗੁਰੂਦੇਵ ਸਵਾਮੀ ਜੀ ਸੇਵਕਾਂ ਨੂੰ ਭਗਵਾਨ ਦੇ ਦਰਸ਼ਨ ਕਿਵੇਂ ਕਰਵਾਉਂਦੇ ਰਹੇ, ਭਗਵਾਨ ਦੇ ਦਰਸ਼ਨ ਕਿਵੇਂ ਕਿਵੇਂ ਕਰਵਾਉਂਦੇ ਰਹੇ, ਪਿਛਲੇ ਭਾਗਾਂ 'ਚ ਕਥਾ ਆ ਚੁੱਕੀ ਹੈ। ਸਾਡੇ ਸਦ ਗ੍ਰੰਥਾਂ ਦੇ ਠੋਸ ਵਚਨ ਨੇ ਕਿ ਗੁਰੂ ਬਿਨਾਂ ਸਰ ਨਹੀਂ ਸਕਦਾ, ਗੁਰੂ ਬਿਨਾਂ ਕੋਈ ਤਰ ਨਹੀਂ ਸਕਦਾ। ਗੁਰ ਬਿਨ ਭਵ ਨਿਧੀ ਤਰੀ ਨਾ ਕੋਈ। ਇਹ ਬਾਣੀ ਸ਼੍ਰੀ ਰਾਮਾਇਣ ਜੀ ਦੀ ਬਾਣੀ ਹੈ, ਇਹ ਭਗਵਾਨ ਸ਼ੰਕਰ ਜੀ ਦਾ ਵਚਨ ਹੈ। ਸ਼੍ਰੀ ਗੁਰੂ ਗੀਤਾ ਜੀ ਦੀ ਬਾਣੀ 'ਚ ਗੁਰੂ ਦੀ ਮਹਿਮਾ ਬੜੀ ਮਾਰ ਕੇ ਦੀ ਆਈ ਹੈ। ਇੱਥੇ ਭਗਵਾਨ ਸ਼ੰਕਰ ਜੀ ਕਹਿੰਦੇ ਨੇ, ਹੇ ਪਾਰਵਤੀ, ਗੁਰੂ ਜੋ ਬੋਲਤਾ ਹੈ ਸੱਤ ਹੀ ਬੋਲਤਾ ਹੈ। ਗੁਰੂ ਕੀ ਪਰਮ ਪਵਿੱਤਰ ਜੀਭਾ ਕੇ ਅਗਰ ਭਾਗ ਸੇ ਭੁਕਤੀ ਔਰ ਮੁਕਤੀ ਪ੍ਰਾਪਤ ਹੋਤੀ ਹੈ। ਗੁਰੂ ਹੀ ਈਸ਼ਵਰ ਹੈ, ਯਹੀ ਅਟਲ ਸੱਤਿਅ ਹੈ, ਬਹੁਤ ਕਹਿਣੇ ਕੀ ਅਵਸ਼ਕਤਾ ਨਹੀਂ। ਜਿਸ ਕੇ ਮੁਖ ਮੇਂ ਗੁਰਮੰਤਰ ਹੈ, ਗੁਰੂ ਮੰਤਰੋ ਮੁਖੇ ਯਸ ਤਸ ਸਿਧਯੰਤੀ। ਜਿਸ ਕੇ ਮੁਖ ਮੇਂ ਗੁਰਮੰਤਰ ਹੈ, ਉਸੀ ਕੇ ਸਭੀ ਕਾਰਯ ਸਿੱਧ ਹੋਤੇ ਹੈ, ਦੂਸਰੇ ਕੇ ਨਹੀਂ, ਨਾ ਅਨਯਥਾ। ਸ਼੍ਰੀ ਗੁਰੂ ਗੀਤਾ 'ਚ ਗੁਰੂ ਬਾਰੇ ਭਗਵਾਨ ਸ਼ੰਕਰ ਜੀ ਕਰੜੇ ਵਚਨ ਵੀ ਕਰਦੇ ਨੇ, ਕਹਿੰਦੇ ਨੇ, ਹੇ ਪਾਰਵਤੀ, ਆਪਣੇ ਗੁਰੂ ਸਾਹਮਣੇ ਜੋ ਮਿੱਥਿਆ ਭਾਸ਼ਣ ਕਰਦਾ, ਅਹੰਕਾਰ ਕਰਦਾ, ਵਾਦ ਵਿਵਾਦ ਕਰਦਾ, ਚਤੁਰਾਈ ਕਰਦਾ, ਗੁਰੂ ਦੇ ਵਚਨਾਂ ਦੀ ਉਲੰਘਣਾ ਕਰਦਾ, ਉਹ ਬਹੁਤ ਸਮੇਂ ਤੱਕ ਬ੍ਰਹਮ ਰਾਕਸ਼ਸ ਬਣਦਾ। ਭਗਵਾਨ ਸ਼ੰਕਰ ਜੀ ਇੱਕ ਕਰੜਾ ਵਚਨ ਹੋਰ ਕਰਦੇ ਨੇ, ਹੇ ਪਾਰਵਤੀ, ਗੁਰੂ ਸੇ ਵਿਮੁਖ ਹੋ ਕਰ ਜੋ ਗੁਰੂ ਕੀ ਨਿੰਦਾ ਕਰਤੇ ਹੈ, ਵੇ ਜਬ ਤੱਕ ਚੰਦਰ ਸੂਰਜ ਹੈ ਤਬ ਤੱਕ ਘੋਰ ਨਰਕ ਮੇਂ ਪੜਤੇ ਹੈ। ਭਗਵਾਨ ਸ਼ੰਕਰ ਜੀ ਹੋਰ ਕਿਹੜਾ ਵਚਨ ਕਰਦੇ ਨੇ, ਦੁਨੀਆਂ ਨੂੰ ਸਿਆਣਾ ਕਰਦੇ ਨੇ, ਗੁਰੂ ਤੋਂ ਬੇਮੁਖ ਹੋਏ ਹੋਏ ਦੀ, ਗੁਰੂ ਦਾ ਗੁਣ ਭੁਲਾ ਦੇਣ ਵਾਲੇ ਦੀ ਦੁਰਦਸ਼ਾ ਦੱਸ ਰਹੇ ਨੇ। ਗੁਰੂ ਦਾ ਦੋਖੀ 100 ਜਨਮ ਕੂਕਰ ਦੀ ਜੂਨੀ ਭੋਗਦਾ, ਕੁੱਤੇ ਦੀ ਸਵਾਨ ਜੂਨੀ, ਸ਼ਵਨ ਜੂਨੀ ਸ਼ਤਮ ਗਤਵਾ। ਇੱਥੇ ਮਹਾਰਿਸ਼ੀ ਚਾਣਕਿਆ ਜੀ ਦਾ ਵੀ ਨੀਤੀ ਵਚਨ ਹੈ, ਉਹ ਵੀ ਇੰਨੀ ਸਖਤ ਵਚਨ ਹੈ। ਸ਼ਵਾਨ ਜੋਨੀ ਸ਼ਤਮ ਭੁਕਤਵਾ, 100 ਜਨਮ ਕੂਕਰ ਦਾ ਭੋਗ ਕੇ ਫਿਰ ਕੀ ਬਣਦਾ। ਸ਼ੰਕਰ ਭਗਵਾਨ ਜੀ ਕਹਿੰਦੇ, ਹੇ ਪਾਰਵਤੀ, 100 ਜਨਮ ਕੁੱਤੇ ਦਾ ਭੋਗ ਕੇ ਫਿਰ ਉਹ ਗੁਰੂ ਦਾ ਸਰਾਪਿਆ ਚੰਡਾਲ ਬਣਦਾ। ਚਾਂਡਾਲੇਸ਼ ਵਪੀ ਜਾਇਤੇ। ਸਾਵਧਾਨ ਸਾਵਧਾਨ, ਹੇ ਸ਼ਿਸ਼, ਗੁਰੂ ਨੂੰ ਕਦੇ ਇਨਸਾਨ ਨਾ ਸਮਝੀ, ਸਾਕਸ਼ਾਤ ਭਗਵਾਨ ਸਮਝੀ।
ਗੁਰੂ ਸਾਕਸ਼ਾਤ ਪਰਮ ਬ੍ਰਹਮ ਤਸਮੈ ਸ਼੍ਰੀ ਗੁਰਵੇ ਨਮਹਿ। ਚੇਲੇ 'ਚ ਗੁਰੂ ਭਗਤੀ ਹੋਣੀ ਅਤਿ ਜ਼ਰੂਰੀ ਹੈ। ਪ੍ਰਸ਼ਨੋਤਰੀ 'ਚ ਇੱਕ ਵਚਨ ਹੈ, ਗੁਰੂ ਕਾ ਅਸਲੀ ਚੇਲਾ ਅਸਲੀ ਸ਼ਿਸ਼ ਵਹੀ ਹੋਤਾ ਹੈ ਜਿਸਮੇ ਗੁਰੂ ਭਗਤੀ ਹੋ। ਸ਼ਿਸ਼ਅਸਤੂ ਕੋ ਯੋ ਗੁਰੂ ਭਗਤ ਏਵ। ਪਹੁੰਚੇ ਹੋਏ ਪੂਰੇ ਗੁਰੂ ਜੀ ਨੂੰ ਨਮਸਕਾਰ ਪਹਿਲਾਂ, ਭਗਵਾਨ ਗੋਬਿੰਦ ਜੀ ਨੂੰ ਨਮਸਕਾਰ ਬਾਅਦ 'ਚ। ਇੱਥੇ ਇੱਕ ਬੜਾ ਪ੍ਰਸਿੱਧ ਦੋਹਾ, ਦੋਹੇ 'ਚ ਇੱਕ ਪ੍ਰਸ਼ਨ ਹੈ ਕਿ ਮਨਾਂ ਸਾਹਮਣੇ ਗੁਰੂ ਜੀ ਵੀ ਖੜ੍ਹੇ ਨੇ, ਭਗਵਾਨ ਗੋਬਿੰਦ ਜੀ ਵੀ ਖੜ੍ਹੇ ਨੇ, ਕਿਨ ਕੇ ਲਾਗੂ ਪਾਏ, ਦੋਹਾਂ 'ਚੋਂ ਚਰਨੀ ਕਿਸ ਦੇ ਲੱਗਾਂ। ਗੁਰੂ ਗੋਬਿੰਦ ਦੋ ਖੜੇ ਕਿਨ ਕੇ ਲਾਗੂ ਪਾਏ, ਬਲਿਹਾਰੀ ਗੁਰੂਦੇਵ ਕੀ ਗੋਬਿੰਦ ਦਿਓ ਬਤਾਏ, ਗੋਬਿੰਦ ਦਿਓ ਬਤਾਏ। ਇਸ ਕਰਕੇ ਤੇ ਗੁਰੂ ਹਰੀ ਸਰਵੋਪਰੀ ਨਮਸਤੇ, ਨਮੋ ਨਾਰਾਇਣ, ਨਮੋ ਨਾਰਾਇਣ, ਨਮੋ ਨਾਰਾਇਣ। ਆਹ ਹੁਣ ਅੱਗੇ ਹਰੀ ਜਸ ਕਰੀਏ। ਆਪਣਾ ਕਾਮ ਹਰੀ ਜਸ ਕਰਨਾ, ਹਮ ਹੈ ਭਾਈ ਵੈਰਾਗੀ। ਵੈਰਾਗੀ ਮਹੰਤਾਂ ਤੋਂ ਹੁਣ ਸ਼੍ਰੀ ਸ਼ਿਵਧਾਮ ਦੇ ਮਹੰਤ ਜੀ ਬਾਰੇ ਸੁਣੋ, ਬੜੀ ਵਿਚਾਰ ਦੀ ਬਾਤ ਹੈ। ਭਲਾ ਸਵਾਮੀ ਦੂਦਾਧਾਰੀ ਜੀ ਮਹਾਰਾਜ ਨੇ ਆਪਣੇ ਸ਼ਿਵਧਾਮ ਦਾ ਮਹੰਤ, ਸ਼ਿਵਧਾਮ ਦਾ ਮਹੰਤ ਭਲਾ ਕਿਸ ਨੂੰ ਬਣਾਇਆ? ਭਗਵਾਨ ਸ਼੍ਰੀ ਮਹਾਂਦੇਵ ਜੀ ਨੂੰ ਬਣਾਇਆ। ਹਰ ਹਰ ਮਹਾਂਦੇਵ। ਹਰ ਜੀ ਦਾ ਵਿਸ਼ਾਲ ਮੰਦਿਰ ਬਣਾ ਕੇ ਮਹੰਤ ਵੀ ਹਰ ਜੀ ਨੂੰ ਇਹ ਬਣਾ ਦਿੱਤਾ, ਸਦਾ ਵਾਸਤੇ ਮਹੰਤੀ, ਸਦਾ ਵਾਸਤੇ ਮਹੰਤੀ ਸ਼ਿਵਜੀ ਭਗਵਾਨ ਜੀ ਨੂੰ ਸੌਂਪ ਦਿੱਤੀ। ਸ਼ਿਵ ਧਾਮ ਦੇ ਮਹੰਤ ਸ਼ਿਵ ਭਗਵਾਨ ਨੇ। ਦੇਖਾਂ ਭਲਾ ਸ਼ਿਵ ਭਗਵਾਨ ਜੀ ਨੇ ਸਵਾਮੀ ਦੂਦਾਧਾਰੀ ਜੀ ਦੇ ਰੂਪ 'ਚ ਜੀਵਾਂ ਦਾ ਕਲਿਆਣ ਕਿਵੇਂ ਕੀਤਾ, ਮਹੰਤੀ ਕਿਵੇਂ ਕੀਤੀ। ਸ਼੍ਰੀ ਦੁਧੇਸ਼ਵਰ ਧਾਮ ਦੇ ਹਰ ਜੀ ਆਪ ਮਹੰਤ, ਦੂਦਾਧਾਰੀ ਰੂਪ ਮੇ ਵਿਚਰ ਰਹੇ ਬਣ ਸੰਤ। ਅੱਜ ਕਲ ਯੁਗ ਜੀਵ ਹੋ ਗਏ ਧੰਨ ਜੀ, ਅੱਜ ਕਲ ਯੁਗ ਜੀਵ ਹੋ ਗਏ ਧੰਨ ਜੀ, ਅੱਖਾਂ ਵਾਲਿਆਂ ਦਾ ਮਨ ਗਿਆ ਮਨ ਜੀ, ਅੱਖਾਂ ਵਾਲਿਆਂ ਦਾ ਮਨ ਗਿਆ ਮਨ ਜੀ, ਖੁਦ ਬਣੇ ਹੋਏ ਸੰਤ ਸ਼ਿਵ ਭਗਵਾਨ ਨੇ, ਸ਼ਿਵ ਧਾਮ ਦੇ ਮਹੰਤ ਸ਼ਿਵ ਭਗਵਾਨ ਨੇ, ਸ਼ਿਵ ਧਾਮ ਦੇ ਮਹੰਤ ਸ਼ਿਵ ਭਗਵਾਨ ਨੇ। ਜਿਹੜੇ ਜਪਦੇ ਮਹੰਤ ਜੀ ਦਾ ਮੰਤਰ, ਜਿਹੜੇ ਜਪਦੇ ਮਹੰਤ ਜੀ ਦਾ ਮੰਤਰ, ਨਹੀਂ ਸ਼ਿਵ ਜੀ ਤੇ ਨਹੀਂ ਸ਼ਿਵ ਜੀ ਤੇ ਸਵਾਮੀ ਜੀ ਚ ਅੰਤਰ, ਨਹੀਂ ਸ਼ਿਵ ਜੀ ਤੇ ਸਵਾਮੀ ਜੀ ਚ ਅੰਤਰ। ਕਾਲੇ ਨਾਗ ਪੈਨ ਲੈਂਦੇ ਸ਼ਿਵ ਜੀ ਸਮਾਨ ਨੇ, ਸ਼ਿਵ ਧਾਮ ਦੇ ਮਹੰਤ ਸ਼ਿਵ ਭਗਵਾਨ ਨੇ, ਸ਼ਿਵ ਧਾਮ ਦੇ ਮਹੰਤ ਸ਼ਿਵ ਭਗਵਾਨ ਨੇ। ਹੇ ਟਹਿਲ ਭ
ਭਗਤ ਤੰਨਾ ਜੱਟ ਸੀ, ਹੋਈ ਇੱਥੇ ਟਹਿਲ ਭਗਤ ਤੰਨਾ ਜੱਟ ਸੀ, ਇੱਥੇ ਟਹਿਲ ਭਗਤ ਤੰਨਾ ਜੱਟ ਸੀ, ਉਹਨੂੰ ਦਰਸ਼ਨ ਦਿੱਤੇ ਪਰ ਤਖ ਸੀ, ਉਹਨੂੰ ਦਰਸ਼ਨ ਦਿੱਤੇ ਪਰ ਤਖ ਸੀ, ਹੋਏ ਤੇਈ ਕਿੱਲੇ ਓਏ ਤੇਈ ਕਿੱਲੇ ਤਾਈਓ ਇੱਥੇ ਕੀਤੇ ਦਾਨ ਨੇ, ਸ਼ਿਵ ਧਾਮ ਦੇ ਮਹੰਤ ਸ਼ਿਵ ਭਗਵਾਨ ਨੇ, ਸ਼ਿਵ ਧਾਮ ਦੇ ਮਹੰਤ ਸ਼ਿਵ ਭਗਵਾਨ ਨੇ, ਕਈ ਸੇਵਕਾਂ ਨੂੰ ਸ਼ਿਆਮ ਜੀ ਮਲਾਏ ਨੇ, ਕਈ ਸੇਵਕਾਂ ਨੂੰ ਸ਼ਿਆਮ ਜੀ ਮਲਾਏ ਨੇ, ਕਈ ਸੇਵਕਾਂ ਨੂੰ ਸ਼ਿਆਮ ਜੀ ਮਲਾਏ ਨੇ, ਵ੍ਰਿੰਦਾਵਨ ਵਿੱਚ ਹੋ ਵ੍ਰਿੰਦਾਵਨ ਵਿੱਚ ਦਰਸ਼ ਕਰਾਏ ਨੇ, ਵ੍ਰਿੰਦਾਵਨ ਵਿੱਚ ਦਰਸ਼ ਕਰਾਏ ਨੇ, ਕਈ ਕੀਤੇ ਮਸਤਾਨੇ ਬੰਸਰੀ ਦੀ ਤਾਨ ਨੇ, ਸ਼ਿਵ ਧਾਮ ਦੇ ਮਹੰਤ ਸ਼ਿਵ ਭਗਵਾਨ ਨੇ, ਸ਼ਿਵ ਧਾਮ ਦੇ ਮਹੰਤ ਸ਼ਿਵ ਭਗਵਾਨ ਨੇ, ਬੈਠੇ ਸ਼ਿਵ ਪ੍ਰਸ਼ਾਦ ਵਰਤਾਉਂਦੇ ਨੇ, ਬੈਠੇ ਸ਼ਿਵ ਪ੍ਰਸ਼ਾਦ ਵਰਤਾਉਂਦੇ ਨੇ, ਦੇਖੇ ਅੰਮ੍ਰਿਤ ਅਮਰ ਬਣਾਉਂਦੇ ਨੇ, ਦੇਖੇ ਅੰਮ੍ਰਿਤ ਅਮਰ ਬਣਾਉਂਦੇ ਨੇ, ਇੱਥੇ ਮੂਰਖ ਬਣਾਏ ਜਾਂਦੇ ਵਿਦਵਾਨ ਨੇ, ਸ਼ਿਵ ਧਾਮ ਦੇ ਮਹੰਤ ਸ਼ਿਵ ਭਗਵਾਨ ਨੇ, ਸ਼ਿਵ ਧਾਮ ਦੇ ਮਹੰਤ ਸ਼ਿਵ ਭਗਵਾਨ ਨੇ, ਅਸ਼ਟਮੀ ਮਨਾਈ ਦੀ, ਇੱਥੇ ਕ੍ਰਿਸ਼ਨ ਅਸ਼ਟਮੀ ਮਨਾਈ ਦੀ, ਇੱਥੇ ਕ੍ਰਿਸ਼ਨ ਅਸ਼ਟਮੀ ਮਨਾਈ ਦੀ, ਗੁਣ ਗਾ ਕੇ ਸ਼ਿਵਰਾਤਰੀ ਲੰਘਾਈ ਦੀ, ਗੁਣ ਗਾ ਕੇ ਸ਼ਿਵਰਾਤਰੀ ਲੰਘਾਈ ਦੀ, ਗੁਣ ਗਾ ਕੇ ਸ਼ਿਵਰਾਤਰੀ ਲੰਘਾਈ ਦੀ, ਸ਼ਿਵ ਭਾਗਵਤ ਪਾਠ ਹੋਮ ਦੇ ਪੁਰਾਣ ਨੇ, ਸ਼ਿਵ ਧਾਮ ਦੇ ਮਹੰਤ ਸ਼ਿਵ ਭਗਵਾਨ ਨੇ, ਸ਼ਿਵ ਧਾਮ ਦੇ ਮਹੰਤ ਸ਼ਿਵ ਭਗਵਾਨ ਨੇ, ਸ਼ਿਵ ਸਵਾਮੀ ਜੀ, ਸ਼ਿਵ ਸਵਾਮੀ ਜੀ ਛੁਡਾ ਰਹੇ ਸ਼ਰਾਬ ਨੂੰ, ਸ਼ਿਵ ਸਵਾਮੀ ਜੀ ਛੁਡਾ ਰਹੇ ਸ਼ਰਾਬ ਨੂੰ, ਨਸ਼ੇ ਪੱਤੇ ਤੇ ਛੁਡਾ ਰਹੇ ਕਬਾਬ ਨੂੰ, ਨਸ਼ੇ ਪੱਤੇ ਤੇ ਛੁਡਾ ਰਹੇ ਕਬਾਬ ਨੂੰ, ਘਰ ਉਜੜੇ ਘਰ ਉਜੜੇ ਵਸਾਤੇ ਯਤੀ ਨਿਰਵਾਣ ਨੇ, ਸ਼ਿਵ ਧਾਮ ਦੇ ਮਹੰਤ ਸ਼ਿਵ ਭਗਵਾਨ ਨੇ, ਸ਼ਿਵ ਧਾਮ ਦੇ ਮਹੰਤ ਸ਼ਿਵ ਭਗਵਾਨ ਨੇ, ਮਨ ਮੰਨ ਜੇ ਤਾਂ ਪੱਥਰ ਵੀ ਰੱਬ ਹੈ, ਮਨ ਮੰਨ ਜੇ ਤਾਂ ਪੱਥਰ ਵੀ ਰੱਬ ਹੈ, ਰੋਟੀ ਖਾਂਦਾ ਦੁੱਧ ਪੀਂਦਾ ਪੈਂਦਾ ਲੱਭ ਹੈ, ਉਹ ਰੋਟੀ ਖਾਂਦਾ ਦੁੱਧ ਪੀਂਦਾ ਪੈਂਦਾ ਲੱਭ ਹੈ, ਰੋਟੀ ਖਾਂਦਾ ਦੁੱਧ ਪੀਂਦਾ ਪੈਂਦਾ ਲੱਭ ਹੈ, ਨੱਬੇ ਦੂਦਾ ਧਾਰੀ ਟਿੱਲੇ ਤੇ ਵਿਰਾਜਮਾਨ ਨੇ, ਸ਼ਿਵ ਧਾਮ ਦੇ ਮਹੰਤ ਸ਼ਿਵ ਭਗਵਾਨ ਨੇ, ਸ਼ਿਵ ਧਾਮ ਦੇ ਮਹੰਤ ਸ਼ਿਵ ਭਗਵਾਨ ਨੇ, ਜਦੋਂ ਚਾਕਦੇ ਨੇ ਸ਼ਿਵਾਂ ਵਾਲੀ ਝਾਕੀ ਐ, ਜਦੋਂ ਚਾਕਦੇ ਨੇ ਸ਼ਿਵਾਂ ਵਾਲੀ ਝਾਕੀ ਐ, ਕ੍ਰਿਤ ਕ੍ਰਿਤ ਕੁਛ ਕਰਨਾ ਨਾ ਬਾਕੀ ਐ, ਕ੍ਰਿਤ ਕ੍ਰਿਤ ਕੁਛ ਕਰਨਾ ਨਾ ਬਾਕੀ ਐ, ਕ੍ਰਿਤ ਕ੍ਰਿਤ ਕੁਛ ਕਰਨਾ ਨਾ ਬਾਕੀ ਐ, ਸਰਬ ਭੂਤ ਹੀ ਤੇਰਾ ਤਾਂ ਕਰਦੇ ਕਲਿਆਣ ਨੇ, ਸ਼ਿਵ ਧਾਮ ਦੇ ਮਹੰਤ ਸ਼ਿਵ ਭਗਵਾਨ ਨੇ, ਸ਼ਿਵ ਧਾਮ ਦੇ ਮਹੰਤ ਸ਼ਿਵ ਭਗਵਾਨ ਨੇ, ਪਾਏ ਬਾਲਕੀ ਸਵਾਰ ਨਾਚ ਪ੍ਰਾਣ ਜੀ, ਪਾਏ ਬਾਲਕੀ ਸਵਾਰ ਨਾਚ ਪ੍ਰਾਣ ਜੀ, ਜਿਉਂਦਾ ਕੀਤਾ ਸੀ
ਜਿਉਂਦਾ ਕੀਤਾ ਹਰ ਬੰਸ ਜਵਾਨ ਸੀ, ਹੋ ਜਿਉਂਦਾ ਕੀਤਾ ਹਰ ਬੰਸ ਜਵਾਨ ਸੀ, ਜਿਉਂਦਾ ਕੀਤਾ ਹਰ ਬੰਸ ਜਵਾਨ ਸੀ, ਇੱਥੇ ਮੋਇਆ ਹੋਇਆ ਜਨਾਂ ਵਿੱਚ ਪਾਉਂਦੇ ਜਾਨ ਨੇ, ਸ਼ਿਵ ਧਾਮ ਦੇ ਮਹੰਤ ਸ਼ਿਵ ਭਗਵਾਨ ਨੇ, ਸ਼ਿਵ ਧਾਮ ਦੇ ਮਹੰਤ ਸ਼ਿਵ ਭਗਵਾਨ ਨੇ, ਇੱਥੇ ਪਸ਼ੂ ਪੰਛੀ ਪ੍ਰੇਤਾਂ ਨੂੰ ਵੀ ਤਾਰਤਾ, ਇੱਥੇ ਪਸ਼ੂ ਪੰਛੀ ਪ੍ਰੇਤਾਂ ਨੂੰ ਵੀ ਤਾਰਤਾ, ਹਾਲ ਵੱਖ ਵੱਖ ਛੰਦਾਂ ਚ ਉਚਾਰਤਾ, ਹਾਲ ਵੱਖ ਵੱਖ ਛੰਦਾਂ ਚ ਉਚਾਰਤਾ, ਕੇ ਵੱਖ ਵੱਖ ਸੇਵਕਾਂ ਦੇ ਪਰਮਾਨ ਨੇ, ਸ਼ਿਵ ਧਾਮ ਦੇ ਮਹੰਤ ਸ਼ਿਵ ਭਗਵਾਨ ਨੇ, ਸ਼ਿਵ ਧਾਮ ਦੇ ਮਹੰਤ ਸ਼ਿਵ ਭਗਵਾਨ ਨੇ, ਸੱਪ ਜੀ ਉਹ ਪਾਏ ਸੇਵਕਾਂ ਦੇ ਗਲ ਜਿਉਂਦੇ ਸੱਪ ਜੀ, ਪਾਏ ਸੇਵਕਾਂ ਦੇ ਗਲ ਜਿਉਂਦੇ ਸੱਪ ਜੀ, ਡੰਗ ਮਾਰਿਆ ਨੀ ਮਾਰਿਆ ਨੀ ਗੱਪ ਜੀ, ਡੰਗ ਮਾਰਿਆ ਨੀ ਮਾਰਿਆ ਨੀ ਗੱਪ ਜੀ, ਡੰਗ ਮਾਰਿਆ ਨੀ ਮਾਰਿਆ ਨੀ ਗੱਪ ਜੀ, ਕਹੇ ਭੀਮ ਸ਼ਹਿਰ ਸਾਡੇ ਸਵਾਮੀ ਜੀ ਮਹਾਨ ਨੇ, ਸ਼ਿਵ ਧਾਮ ਦੇ ਮਹੰਤ ਸ਼ਿਵ ਭਗਵਾਨ ਨੇ, ਸ਼ਿਵ ਧਾਮ ਦੇ ਮਹੰਤ ਸ਼ਿਵ ਭਗਵਾਨ ਨੇ, ਸ਼ਿਵ ਧਾਮ ਦੇ ਮਹੰਤ ਸ਼ਿਵ ਭਗਵਾਨ ਨੇ। ਸਰਬ ਲੋਕ ਮਹੇਸ਼ਵਰਮ, ਤਿੰਨੇ ਲੋਕਾਂ ਦੇ ਈਸ਼ਵਰ ਸਦਾ ਸ਼ਿਵ ਹੀ ਇਸ ਧਾਮ ਦੇ ਸਦਾ ਲਈ ਮਹੰਤ ਹਨ। ਸਵਾਮੀ ਦੂਧਾਧਾਰੀ ਜੀ ਮਹਾਰਾਜ ਨੇ ਉੱਪਰ ਮਹੰਤ ਜੀ ਦੇ ਹਰ ਜੀ ਦੇ ਮੰਦਰ ਦੇ ਦੁਆਰ 'ਤੇ ਦੀਵਾਰ 'ਤੇ ਪੱਕਾ ਹੀ ਲਿਖਵਾ ਦਿੱਤਾ ਕਿ ਸ਼੍ਰੀ ਦੁਧੇਸ਼ਵਰ ਮਹਾਦੇਵ ਜੀ ਹੀ ਟਿੱਲਾ ਸ਼ਿਵ ਧਾਮ ਕੇ ਅਕੇਲੇ ਮਾਲਿਕ ਮਹੰਤ ਏਵਮ ਕਾਵਿਜ ਸਦਾ ਕੇ ਲੀਏ ਹੈ। ਸ਼ਿਵ ਧਾਮ ਦੇ ਮਹੰਤ ਸ਼ਿਵ ਭਗਵਾਨ ਨੇ, ਸੇਵਕਾਂ ਦਾ ਪੱਕਾ ਵਿਸ਼ਵਾਸ ਇਹ ਹੈ ਕਿ ਸ਼ਿਵ ਧਾਮ 'ਚ ਸ਼ਿਵ ਮਹਾਰਾਜ ਹੀ ਸਵਾਮੀ ਜੀ ਦਾ ਰੂਪ ਧਾਰਨ ਕਰਕੇ ਵਿਚਰਦੇ ਰਹੇ, ਕ੍ਰਿਸ਼ਮੇ ਕਰ ਕਰਕੇ ਜੀਵਾਂ ਦਾ ਕਲਿਆਣ ਕਰਦੇ ਰਹੇ। ਸਰਬਭੂਤ ਹਿਤੇ ਰਤਾ ਕਰਦੇ ਕਲਿਆਣ ਨੇ, ਘਰ ਉਜੜੇ ਵਸਾਤੇ ਯੋਗੀ ਨਿਰਵਾਣ ਨੇ। ਆਪਣੇ ਤਪੋ ਬਲ ਨਾਲ ਆਪਣੀ ਵੇਦਮਈ ਬ੍ਰਹਮ ਬਾਣੀ ਨਾਲ ਦਾਨਵ ਮਾਨਵ ਬਣਾ ਦਿੱਤੇ, ਸ਼ਰਾਬ ਕਬਾਬ ਨਸ਼ੇ ਪੱਤੇ ਅਨੇਕਾਂ ਸਮਾਜਿਕ ਬੁਰਾਈਆਂ ਨੂੰ ਚੰਗਿਆਈਆਂ 'ਚ ਬਦਲ ਦਿੱਤਾ। ਆਪਣੇ ਘਰ ਕਮਰਾਂ ਨਾਲ ਪ੍ਰਸ਼ਾਦ ਵਰਤਾ ਕੇ ਜੀਵਨ ਪਲਟਾਤੇ। ਇੱਥੇ ਪਸ਼ੂ ਪੰਛੀ ਪ੍ਰੇਤਾਂ ਨੂੰ ਵੀ ਤਾਰਤਾ, ਇੱਕ ਕੁੱਕਰ ਨੂੰ ਵੀ ਤਾਰਿਆ, ਕੁੱਤੇ ਨੂੰ। ਇਹ ਕੁੱਤਾ ਸੰਗਰੂਰ ਤੋਂ ਆਉਂਦਾ ਸੀ ਸ਼ਿਵ ਧਾਮ ਨਮੋਲ। ਕਿਵੇਂ ਆਉਂਦਾ ਸੀ? ਸੰਗਰੂਰ ਦੇ ਸ਼ਰਧਾਲੂ ਸੇਵਕਾਂ ਦੀ ਇੱਕ ਮੰਡਲੀ ਸ਼ਿਵ ਧਾਮ 'ਚ ਹਰੇਕ ਮਹੀਨੇ ਪੈਦਲ ਯਾਤਰਾ 'ਤੇ ਆਇਆ ਕਰਦੀ ਹੈ। ਫਰਵਰੀ 2009 ਤੋਂ ਸਨ 2010 ਤੋਂ ਇੱਕ ਕੂਕਰ ਵੀ ਇਸ ਪੈਦਲ ਮੰਡਲੀ ਦੇ ਨਾਲ ਹੀ ਆਇਆ ਕਰੇ ਯਾਤਰਾ 'ਤੇ। ਉਹ ਪਾਲਤੂ ਕੁੱਤਾ ਨਹੀਂ ਸੀ, ਕਿਸੇ ਸੇਵਕ ਦਾ ਕੁੱਤਾ ਨਹੀਂ ਸੀ। ਸੰਗਰੂਰ ਰੇਲਵੇ ਚੌਕ ਤੋਂ ਇਸ ਪੈਦਲ ਮੰਡਲੀ ਨਾਲ ਹਰੇਕ ਮਹੀਨੇ ਸਹੀ ਸਮੇਂ 'ਤੇ ਨਾਲ ਰਲ ਜਾਇਆ ਕਰੇ। ਸ਼ਿਵ ਧਾਮ ਆਉਂਦੇ ਨੂੰ 2.5 ਸਾਲ ਹੋ ਗਏ। ਇੱਕ ਦਿਨ ਕੀ ਹੋਇਆ, ਜਾਣੀ ਜਾਣ ਸਵਾਮੀ ਜੀ ਕਹਿੰਦੇ, ਭਾਈ ਸੇਵਕੋ, ਇਸ ਕੂਕਰ ਭਗਤ ਨੂੰ ਆਸਣ ਦਿਓ। ਦੇ ਦਿੱਤਾ ਆਸਣ, ਬੈਠ ਗਿਆ ਆਸਣ 'ਤੇ।
ਭਾਈ ਸੇਵਕੋ, ਇਸ ਕੂਕਰ ਦੀ ਪੈਦਲ ਯਾਤਰਾ ਤਾਂ ਤੁਹਾਡੇ ਨਾਲੋਂ ਵੀ ਪਹਿਲਾਂ ਮਨਜ਼ੂਰ ਹੋ ਗਈ। ਇਹ ਕੂਕਰ ਭਗਤ ਬਹੁਤ ਹਠੀ ਰਿਹਾ ਹੈ, ਰਸਤੇ 'ਚ ਇਹਨੂੰ ਬਥੇਰੇ ਕੁੱਤੇ ਘੇਰਦੇ ਰਹੇ ਹੋਣਗੇ, ਪਰ ਇਹ ਡਰ ਕੇ ਪਿੱਛੇ ਨਹੀਂ ਮੁੜਿਆ, ਸਿਰੇ ਦਾ ਯਾਤਰੀ ਹੈ। ਇਸ ਯਾਤਰੀ ਦੀ ਯਾਤਰਾ ਸਫਲ ਹੋ ਗਈ, ਇਹਨੂੰ ਪ੍ਰਸ਼ਾਦ ਦੇਈਏ। ਸਵਾਮੀ ਜੀ ਨੇ 4 ਲੱਡੂ ਦਿੱਤੇ। ਲੱਡੂ ਵਰਤ ਕੇ ਉਸ ਕੂਕਰ ਦਾ ਬੇੜਾ ਪਾਰ ਹੋ ਗਿਆ, ਮੁੜ ਕੇ ਯਾਤਰਾ 'ਤੇ ਨਹੀਂ ਆਇਆ, ਸਰੀਰ ਛੱਡ ਗਿਆ, ਕੂਕਰ ਸਰੀਰ ਤੋਂ ਮੁਕਤ ਹੋ ਗਿਆ। ਬੋਲੋ ਜੀਵਾਂ ਨੂੰ ਤਾਰਨ ਹਾਰੇ ਸਵਾਮੀ ਦੂਧਾਧਾਰੀ ਜੀ ਮਹਾਰਾਜ ਕੀ ਜੈ। ਪਸ਼ੂਆਂ ਪ੍ਰੇਤਨ ਅਰ ਦੈਂਤਨ ਵੀ ਸੰਤਨ ਕੇ ਦਰ ਪਰ ਤਰ ਜਾਤੇ, ਸੰਤਨ ਕੇ ਦਰ ਪਰ ਤਰ ਜਾਤੇ। ਜੋ ਚੌਥਾ ਪਦ ਮੋਕਸ਼ ਪਦ ਹੈ, ਮੋਕਸ਼ ਪਦ ਪ੍ਰਾਪਤ ਕਰ ਜਾਤੇ। ਪਸ਼ੂਆਂ ਪ੍ਰੇਤਨ ਅਰ ਦੈਂਤਨ ਵੀ ਸੰਤਨ ਕੇ ਦਰ ਪਰ ਤਰ ਜਾਤੇ। ਸ਼ਿਵ ਧਾਮ ਦੇ ਪ੍ਰਸ਼ਾਦ ਦਾ ਇੱਕ ਜਲਵਾ ਹੋਰ। ਲੌਂਗੋਵਾਲ ਦੇ ਰਿਟਾਇਰ ਥਾਣੇਦਾਰ ਦਰਸ਼ਨ ਰਾਮ ਜੀ ਦਾ 6 ਸਾਲਾਂ ਦਾ ਦੋਹਤਾ ਮਨਜੋਤ ਮਨੂ। ਮਨੂ ਇੰਨੇ ਕੁਰਕਰੇ ਖਾਇਆ ਕਰੇ, ਇੰਨੇ ਕੁਰਕਰੇ ਖਾਇਆ ਕਰੇ, ਇੰਨਾ ਰੋਗੀ ਹੋ ਗਿਆ, ਇੰਨਾ ਕਮਜ਼ੋਰ ਹੋ ਗਿਆ, ਪੇਟ 'ਚ ਪਲਾਸਟਿਕ ਦੇ ਗੋਲੇ ਵਾਂਗੂ ਬਣ ਗਿਆ, ਨਾੜੀਆਂ ਜੁੜ ਗਈਆਂ, PGI ਚੰਡੀਗੜ੍ਹ 'ਚ ਦਾਖਲ ਕਰਨਾ ਪੈ ਗਿਆ। ਬੱਚਾ ਬੱਚਦਾ ਨਾ ਦਿਸੇ, ਬਾਤ ਆਪਰੇਸ਼ਨ 'ਤੇ ਆ ਗਈ। ਪਰਿਵਾਰ ਦੀ ਫਰਿਆਦ ਸ਼ਿਵ ਧਾਮ ਸਵਾਮੀ ਜੀ ਕੋਲ ਆ ਗਈ। ਸਵਾਮੀ ਜੀ, ਬੱਚੇ ਨੇ ਬਚਣਾ ਨਹੀਂ ਹੈ, ਬੱਚੇ ਦਾ ਆਪਰੇਸ਼ਨ ਹੋਊ। ਸਵਾਮੀ ਜੀ ਸਹਿਜ ਸੁਭਾਅ ਕਹਿੰਦੇ, ਭਾਈ ਸੇਵਕੋ ਕਿਉਂ ਫਿਕਰ ਕਰਦੇ ਹੋ, ਜਾਓ, ਕੋਈ ਆਪਰੇਸ਼ਨ ਨਹੀਂ ਹੁੰਦਾ, ਬੱਚੇ ਨੂੰ ਕੁਛ ਨਹੀਂ ਹੁੰਦਾ, ਜਾਓ ਆ ਪ੍ਰਸ਼ਾਦ ਵਰਤਾਓ ਜਾ ਕੇ। ਪ੍ਰਸ਼ਾਦ ਵਰਤਣ ਸਾਰ ਚਮਤਕਾਰ ਹੋ ਗਿਆ, ਟੈਸਟ ਦੇਖ ਕੇ ਡਾਕਟਰ ਹੈਰਾਨ ਹੋ ਗਿਆ, ਕਹਿੰਦਾ ਆਪਰੇਸ਼ਨ ਦੀ ਕੋਈ ਲੋੜ ਨਹੀਂ, ਬੱਚਾ ਠੀਕ ਠਾਕ ਹੈ। ਬੋਲੋ ਨਮੋਲ ਵਾਲੇ ਕੌਤਕੀ ਸਵਾਮੀ ਦੂਧਾਧਾਰੀ ਜੀ ਮਹਾਰਾਜ ਕੀ ਜੈ। ਇੱਥੇ ਕੈਂਸਰ ਹਟਾਤੇ ਯੋਗੀ ਦੀ ਜਵਾਨ ਨੇ, ਭਲਾ ਵਚਨ ਕਰਕੇ ਕੈਂਸਰ ਕਿਸ ਕਿਸ ਦਾ ਹਟਾਇਆ। ਪਟਿਆਲੇ ਤੋਂ CID ਇੰਸਪੈਕਟਰ ਅਸ਼ੋਕ ਕੁਮਾਰ ਸ਼ਰਮਾ ਜੀ, ਇਹਨਾਂ ਦੀ ਧਰਮ ਪਤਨੀ ਬੀਬੀ ਪੁਸ਼ਪਿੰਦਰ ਸ਼ਰਮਾ, ਦੋਏ ਦੁੱਧੀਆਂ 'ਚ ਕੈਂਸਰ। ਪੂਜੀ, ਇੱਥੇ ਸ਼ਿਵ ਧਾਮ 'ਚ ਭੰਡਾਰ 'ਚ ਸੇਵਾ ਕਰ 7 ਦਿਨ, ਕਹਿੰਦੇ ਜੀ 7 ਦਿਨਾਂ 'ਚ ਕੈਂਸਰ ਖਤਮ। ਖੇੜੀ ਦੇ ਸੇਵਕ ਚਰਨਜੀਤ ਸਿੰਘ ਜੀ ਦੀ ਧਰਮ ਪਤਨੀ ਬੀਬੀ ਹਰਜੀਤ ਕੌਰ, ਪਰਿਵਾਰ ਦੀ ਸੇਵਾ ਭਾਵਨਾ ਤੋਂ ਖੁਸ਼ ਹੋ ਕੇ ਸਵਾਮੀ ਜੀ ਦਾ ਵਚਨ ਹੋ ਗਿਆ, ਕੈਂਸਰ ਖਤਮ ਹੋ ਗਿਆ। ਭਵਾਨੀਗੜ੍ਹ ਤੋਂ ਬੀਬੀ ਸੋਨੀਆ ਸ਼ਰਮਾ, ਛਾਤੀ 'ਚ ਕੈਂਸਰ ਦੀ ਮਰੀਜ਼। ਬੂਜੀ, ਤੂੰ ਮੈਨੂੰ ਕੀ ਸਮਝਦੀ ਹੈ? ਕਹਿੰਦੀ, ਸਵਾਮੀ ਜੀ ਮੈਂ ਤਾਂ ਆਪ ਜੀ ਨੂੰ ਸ਼ਿਵ ਜੀ ਭਗਵਾਨ ਸਮਝਦੀ ਹਾਂ। ਸਵਾਮੀ ਜੀ ਖੁਸ਼ ਹੋ ਗਏ, ਖੁਸ਼ ਹੋ ਕੇ ਉਸ ਬਾਲਕੀ ਦੇ ਸਿਰ 'ਤੇ ਮੋਰ ਛੰਡ ਲਾ ਦਿੱਤਾ। ਬੂਜੀ, ਆਪਰੇਸ਼ਨ ਨਾ ਕਰਾਈ, ਤੂੰ ਤਾਂ ਰਾਜੀ ਬਾਜੀ ਹੈ। ਆਹਾ, ਕੈਂਸਰ ਹਟਾਤਾ ਯੋਗੀ ਦੀ ਜਵਾਨ ਨੇ, ਯੋਗੀ ਕੀ ਜਵਾਨ ਬਸੇ ਭਗਵਾਨ।
ਨਮੋਲ ਨਗਰੀ ਦੇ ਸਵਰਨਕਾਰ ਪਰਿਵਾਰ 'ਚੋਂ ਇੱਕ ਮਾਈ ਮਾਤਾ ਚਰਨਜੀਤ ਕੌਰ, ਕੈਂਸਰ ਹੋ ਗਿਆ ਦੁੱਧੀਆਂ 'ਚ, ਵਿਚਾਰੀ ਰੋਵੇ, ਡਰੇ ਆਪਰੇਸ਼ਨ ਤੋਂ। ਸਵਾਮੀ ਜੀ ਕਹਿੰਦੇ, ਬੂ ਜੀ ਰੋ ਨਾ, ਤੇਰਾ ਆਪਰੇਸ਼ਨ ਨਹੀਂ ਹੁੰਦਾ, ਤੂੰ ਸ਼ਿਵ ਧਾਮ 'ਚ 3 ਮਹੀਨੇ ਝਾੜੂ ਲਾ ਦੇ, ਤੇਰਾ ਰੋਗ ਆਪੀ ਝੜ ਜੂ। ਉਹ ਕਹਿੰਦੀ, ਸਵਾਮੀ ਜੀ 3 ਮਹੀਨੇ ਕੀ, ਮੈਂ ਤਾਂ 6 ਮਹੀਨੇ ਲਾ ਦੂੰ। ਕੈਂਸਰ 3 ਮਹੀਨਿਆਂ 'ਚ ਵਿੱਚ ਹੀ ਭਸਮ ਹੋ ਗਿਆ। ਬੋਲੋ, ਵਚਨਾਂ ਦੀ ਦਿਵਯ ਦਵਾਈ ਨਾਲ ਵੱਡੇ ਵੱਡੇ ਰੋਗੀਆਂ ਨੂੰ ਰਾਜੀ ਕਰਨ ਵਾਲੇ ਨਮੋਲ ਵਾਲੇ ਸਵਾਮੀ ਦੂਦਾਧਾਰੀ ਜੀ ਮਹਾਰਾਜ ਕੀ ਜੈ। ਗੱਗੜਪੁਰ ਦੇ ਪੁਰਾਣੇ ਨਿਸ਼ਠਾਵਾਨ ਸੇਵਕ ਜੱਟ ਪਰਿਵਾਰ 'ਚੋਂ ਪਰਮਜੀਤ ਸਿੰਘ ਜੀ, ਬਲੱਡ ਕੈਂਸਰ ਹੋ ਗਿਆ। ਇੱਕ ਦਿਨ ਕੀ ਹੋਇਆ, ਸੁਪਨੇ 'ਚ ਸਵਾਮੀ ਜੀ ਦਾ ਦਰਸ਼ਨ ਹੋਇਆ। ਬੇਨਤੀ ਸੁਪਨੇ ਜੀ ਕਰ ਦਿੱਤੀ, ਸਵਾਮੀ ਜੀ ਆਪ ਤਾਂ ਸਾਕਸ਼ਾਤ ਸ਼ਿਵ ਹੋਂ ਆਪ ਜੀ, ਆਪ ਨੇ ਤਾਂ ਦ੍ਰਿਸ਼ਟੀ ਨਾਲ ਕਾਮਦੇਵ ਭਸਮ ਕਰਤਾ ਸੀ, ਕਿਰਪਾ ਕਰੋ ਮੇਰਾ ਬਲੱਡ ਕੈਂਸਰ ਭਸਮ ਕਰੋ, ਮੈਂ ਸ਼ਿਵ ਧਾਮ 'ਚ ਭੰਡਾਰਾ ਕਰੂੰਗਾ। ਸਮਾਜ ਵਿੱਚ ਚੰਗੇ ਮਾਨ ਤਾਨ ਵਾਲੇ ਪਰਮਜੀਤ ਸਿੰਘ ਜੀ ਦਾਸ ਨੂੰ ਦੱਸ ਰਹੇ ਸੀ, ਕਹਿੰਦੇ ਸਵਾਮੀ ਜੀ ਨੇ ਮੇਰਾ ਐਡਾ ਗੰਭੀਰ ਰੋਗ ਸੁਪਨੇ 'ਚ ਹੀ ਕੀਤੀ ਬੇਨਤੀ ਨਾਲ ਹਟਾ ਦਿੱਤਾ। ਫਿਰ ਸੱਚਮੁੱਚ ਕੀਤੀ ਬੇਨਤੀ ਨਾਲ ਤਾਂ ਭਾਵ ਰੋਗ ਵੀ ਹਟਾ ਸਕਦੇ ਨੇ, ਭਗਵਾਨ ਨੂੰ ਵੀ ਮਿਲਾ ਸਕਦੇ ਨੇ। ਇੱਥੇ ਏਕ ਨਹੀਂ ਜਲ ਵੇ ਅਨੇਕ ਨੇ, ਇੱਕ ਜਲਵਾ ਹੋਰ ਸੁਣੋ। ਇੱਕ ਵਾਰੀ ਸ਼ਿਵ ਧਾਮ 'ਚ ਇੱਕ ਬਿੱਲੀ ਦੇ ਛੋਟੇ ਛੋਟੇ ਬਲੂੰਗੜੇ, ਉਹ ਬਲੂੰਗੜੇ ਕਿਤੇ ਪਰਾਲੀ ਹੇਠ ਸੁੱਤੇ ਪਏ। ਅਣਜਾਣੇ 'ਚ ਪਰਾਲੀ 'ਤੇ ਆ ਕੇ ਸੇਵਕ ਕਿਉਂ ਨਾ ਬੈਠ ਗਏ, ਹੇਠਾਂ ਆ ਕੇ ਬਲੂੰਗੜੇ ਤਾਂ ਮਿੱਧੇ ਗਏ, ਬਲੂੰਗੜਿਆਂ ਦੀ ਮ੍ਰਿਤੂ ਹੋ ਗਈ, ਬਿੱਲੀ ਰੋਂਦੀ ਫਿਰੇ। ਦਇਆ ਦੇ ਸਾਗਰ ਸਵਾਮੀ ਜੀ ਦ੍ਰਵਿਤ ਹੋ ਉੱਠੇ, ਮੰਗਵਾ ਕੇ ਗੰਗਾ ਸਾਗਰ 'ਚੋਂ ਜਲ ਦੇ ਕੇ ਜਲ ਦਾ ਛਿੱਟਾ ਪਾ ਕੇ ਨੂਰੀ ਦ੍ਰਿਸ਼ਟੀ ਬਲੂੰਗੜੇ ਜੀਵਤ ਕਰ ਦਿੱਤੇ। ਜੀਵਨ ਦਾ ਤੇ ਦੂਦਾਧਾਰੀ ਜੀ ਮਹਾਰਾਜ ਕੀ ਜੈ। ਦ੍ਰਿਸ਼ਟੀ ਭਇਓ ਜੀਵਤ ਭਇਓ ਮ੍ਰਿਤਕ ਜੀਵਨ ਦਾਨ, ਐਸੇ ਅਲੌਕਿਕ ਕੌਤਕ ਕਰਨ ਵਾਲੇ ਸਵਾਮੀ ਦੂਦਾਧਾਰੀ ਜੀ ਮਹਾਰਾਜ। ਸਾਡੇ ਗੁਰੂਦੇਵ ਮਹਾਰਾਜ ਇੱਕ ਦਿਨ ਇੱਕ ਘਰੇ ਅੰਬਾਲੇ ਗਏ। ਅੰਬਾਲੇ ਕਿਉਂ ਗਏ, ਇੱਥੇ ਇੱਕ ਬਿਦਰ ਪਰਿਵਾਰ ਵਰਗਾ ਪ੍ਰੇਮੀ ਪਰਿਵਾਰ ਸੀ, ਜਾਖਲ ਵਾਲੇ ਸੇਠ ਪ੍ਰੇਮ ਚੰਦ ਜੀ। ਇਹ ਪ੍ਰੇਮੀ ਪਰਿਵਾਰ ਸਵਾਮੀ ਜੀ ਨੂੰ ਬਿਦਰ ਭੀਲਣੀ ਵਾਂਗੂ ਉਡੀਕਿਆ ਕਰੇ। ਸੇਵਕ ਅੰਬਾਲੇ ਸਵਾਮੀ ਜੀ ਦੇ ਪਿਆਰੇ, ਸਵਾਮੀ ਜੀ ਦਾ ਭੀਲਨੀ ਵਾਂਗ ਇੰਤਜਾਰੇ, ਵਿਦੁਰ ਖਰੇ ਜਿਉਂ ਪਹੁੰਚੇ ਮੁਰਾਰੇ, ਇਉਂ ਪਹੁੰਚੇ ਦੂਦਾਧਾਰੀ ਸਵਾਮੀ ਆਖਰ ਦੀਵਾਰੀ, ਸਵਾਮੀ ਵਰਤ ਰਹੇ ਭਿਕਸ਼ਾ ਦੂਧ ਦੀ ਭਿਕਸ਼ਾ। ਇਹਨਾਂ ਪਿਆਰਿਆਂ ਦੇ ਘਰ
ਇਹਨਾਂ ਪਿਆਰਿਆਂ ਦੇ ਘਰ ਸਵਾਮੀ ਜੀ ਨੇ 1 ਅਗਸਤ 2014 ਨੂੰ ਸਵੇਰੀ ਜਾ ਪਏ ਚਰਨ, ਦੁੱਧ ਦੀ ਭਿਕਸ਼ਾ ਵਰਤੀ। ਇਹ ਭਿਕਸ਼ਾ ਸਵਾਮੀ ਜੀ ਦੇ ਜੀਵਨ ਦੀ ਅੱਜ ਆਖਰੀ ਭਿਕਸ਼ਾ ਸੀ। ਆਖਰੀ ਭਿਕਸ਼ਾ ਵਰਤ ਕੇ 1 ਦਿਨ ਦੀ ਤੀਰਥ ਯਾਤਰਾ ਕਰਕੇ ਨਮੋਲ ਆਏ, ਸ਼ਿਵਧਾਮ ਆਏ। ਤਾਰਨਹਾਰੇ ਪਿਆਰੇ ਗੁਰੂ ਦੇਵ ਜੀ ਦਾ, ਅਮੋਲਕ ਦਾਤਾਂ ਦੇ ਦਾਤੇ ਦੂਦਾਧਾਰੀ ਜੀ ਮਹਾਰਾਜ ਦਾ ਅਖੀਰ ਨੂੰ ਆਖਰੀ ਦਰਬਾਰ ਲੱਗ ਗਿਆ। 2 ਅਗਸਤ 2014 ਦਾ ਦਿਨ ਦਾ ਪਿਛਲਾ ਪਹਿਰ ਸੇਵਕਾਂ ਦਾ ਇਕੱਠ ਹੋ ਗਿਆ। ਇਕੱਠ 'ਚ ਸਵਾਮੀ ਜੀ ਨੇ ਸ਼ਿਵਧਾਮ ਛੱਡਣ ਦਾ, ਆਪਣਾ ਸਰੀਰ ਛੱਡਣ ਦਾ ਵਚਨ ਕਹਿ ਦਿੱਤਾ, ਸਾਨੂੰ ਵੀ ਕਹਿ ਦਿੱਤਾ, ਹੇ ਮੇਰੀ ਭਜਨ ਮੰਡਲੀ, ਅੱਜ ਸ਼ਿਵਧਾਮ 'ਚ ਮੈਨੂੰ 4 ਭਜਨ ਸੁਣਾ ਦਿਓ। ਭਾਈ ਸੇਵਕੋ, ਆਖਰੀ ਭਜਨ। ਸਵਾਮੀ ਜੀ ਦੇ ਇਹ ਵਚਨ ਸੁਣ ਕੇ ਸੇਵਕਾਂ ਦੀਆਂ ਭੁੱਬਾਂ ਨਿਕਲ ਗਈਆਂ, ਸਾਡੇ ਕੰਠ ਭਰ ਗਏ। ਅਸੀਂ 4 ਭਜਨ ਮਸਾਂ ਗਾਏ, ਮਸਾਂ ਪੂਰ ਚੜਾਏ। ਸਵਾਮੀ ਜੀ ਨੇ ਭਰੀ ਸਭਾ 'ਚ ਅਨੇਕਾਂ ਆਖਰੀ ਵਚਨ ਕਹੇ। ਆਪਣੇ ਮੁੱਖ ਚੇਲੇ ਸੰਤ ਸ਼੍ਰੀ ਵਾਮਗਿਰ ਜੀ ਟਿੱਲਾ ਸ਼ਿਵਧਾਮ ਦੇ ਮੁੱਖ ਪ੍ਰਬੰਧਕ, ਮੁੱਖ ਸੇਵਾਦਾਰ ਬਣਾਏ। ਰਾਤ ਹੋਈ, ਸੇਵਕਾਂ ਨੂੰ ਜਾਣ ਦੀ ਆਗਿਆ ਹੋਈ। ਸ਼ਿਵਧਾਮ 'ਚ ਰਹਿਣ ਵਾਲੇ ਸੇਵਕ ਆਪੋ ਆਪਣੇ ਟਿਕਾਣਿਆਂ 'ਤੇ ਗਏ। ਸਵਾਮੀ ਜੀ ਟਹਿਲ ਕੁਟੀਆ 'ਚੋਂ ਸਵਾਮੀ ਜੀ ਆਸਣ ਕੁਟੀਆ 'ਚ ਆਏ। ਅੱਧੀ ਰਾਤ ਹੋਈ, ਜਦੋਂ ਘੜੀਆਂ 'ਤੇ 2:30 ਵਜੇ ਬ੍ਰਹਮ ਮਹੂਰਤ 'ਚ ਸਵਾਮੀ ਦੂਦਾਧਾਰੀ ਜੀ ਮਹਾਰਾਜ ਸ਼ਿਵਧਾਮ ਨੂੰ ਇਉਂ ਛੱਡ ਗਏ ਜਿਵੇਂ ਕਦੇ ਭਗਵਾਨ ਸ਼੍ਰੀ ਰਾਮ ਚੰਦਰ ਜੀ ਅਯੋਧਿਆ ਨੂੰ ਛੱਡ ਗਏ ਸੀ। ਸ਼ਿਵਧਾਮ ਛੱਡ ਕੇ, ਪੰਜਾਬ ਛੱਡ ਕੇ, ਗੰਗਾ ਕਿਨਾਰੇ ਆਪਣਾ ਸਰੀਰ ਛੱਡਣ ਵਾਸਤੇ ਉਤਰਾਂਚਲ ਨੂੰ ਇਉਂ ਚਲੇ ਗਏ। ਦੂਦਾਧਾਰੀ ਧਾਰ ਕੇ ਵਰਤ 40 ਘੋਰ ਤਿਆਗ ਤੁਰੇ ਸ਼ਿਵਧਾਮ ਨੂੰ ਰੋਵਣ ਤੋਤੇ ਮੋਰ। ਛੱਡ ਤੁਰੇ ਸ਼ਿਵਧਾਮ ਨੂੰ ਧਾਮ ਵਾਲੇ, ਹੋ ਗਏ ਉੱਤਰਾਖੰਡ ਨੂੰ ਤਿਆਰ ਸਵਾਮੀ, ਹੋ ਗਏ ਉੱਤਰਾਖੰਡ ਨੂੰ ਤਿਆਰ ਸਵਾਮੀ। 2:30 ਵਜੇ ਸਵੇਰ ਦੇ ਬ੍ਰਹਮ ਵੇਲਾ ਗਏ ਸੇਵਕਾ ਤਾਈ ਵਿਸਾਰ ਸਵਾਮੀ, ਗਏ ਸੇਵਕਾ ਤਾਈ ਵਿਸਾਰ ਸਵਾਮੀ। ਅੱਜ ਖੁੰਡਾ ਤੇ ਤੁੰਬਾ ਨਾ ਸਾਥ ਲੀਤਾ, ਚੱਲੇ ਕੁੱਲ ਦਾ ਭੁੱਲ ਕੇ ਪਿਆਰ ਸਵਾਮੀ, ਚੱਲੇ ਕੁੱਲ ਦਾ ਭੁੱਲ ਕੇ ਪਿਆਰ ਸਵਾਮੀ। ਨੰਦੀ ਯੰਤਰ ਵੀ ਅੱਜ ਤਾਂ ਤਿਆਗ ਚੱਲੇ, ਪਹਿਲੀ ਵਾਰ ਹੋ ਕਰ ਸਵਾਰ ਸਵਾਮੀ, ਪਹਿਲੀ ਵਾਰ ਹੋ ਕਰ ਸਵਾਰ ਸਵਾਮੀ। ਵਾਰ ਵਾਰ ਸੀ
ਸੀ ਹਰੀ ਦੁਆਰ ਜਾਂਦੇ ਅੱਜ ਰੁਕੇ ਨਾ ਹਰੀ ਦੁਆਰ ਸਵਾਮੀ ਅੱਜ ਰੁਕੇ ਨਾ ਹਰੀ ਦੁਆਰ ਸਵਾਮੀ ਰਿਸ਼ੀਕੇਸ਼ ਤੋਂ ਨੀਲ ਜੋ ਕੰਠ ਰਸਤਾ ਰਸਤਾ ਪਰਵਤੀ ਤੇਜ ਰਫਤਾਰ ਸਵਾਮੀ ਰਸਤਾ ਪਰਵਤੀ ਤੇਜ ਰਫਤਾਰ ਸਵਾਮੀ ਫੂਲ ਚੱਟੀ ਤੇ ਫੂਲ ਚੱਟੀ ਅਸਥਾਨ ਤੇ ਜਾ ਬੈਠੇ ਅਨਸ਼ਨ ਵਰਤ ਚਾਲੀਸੇ ਨੂੰ ਥਾਰ ਸਵਾਮੀ ਅਨਸ਼ਨ ਵਰਤ ਚਾਲੀਸੇ ਨੂੰ ਧਾਰ ਸਵਾਮੀ ਜਲ ਦੁੱਧ ਦੀ ਜਲ ਦੁੱਧ ਦੀ ਭਿਕਸ਼ਾ ਵੀ ਤਿਆਗ ਬੈਠੇ ਬ੍ਰਹਮਲੀਨ ਦਾ ਕਰਕੇ ਵਿਚਾਰ ਸਵਾਮੀ ਬ੍ਰਹਮਲੀਨ ਦਾ ਕਰਕੇ ਵਿਚਾਰ ਸਵਾਮੀ ਭੁੱਖ ਪਿਆਸ ਤਾਂ ਬੁਰੀ ਹੈ ਮੌਤ ਨਾਲੋ ਭੁੱਖ ਪਿਆਸ ਨੂੰ ਰੇ ਸਹਾਰ ਸਵਾਮੀ ਪਿਆਸ ਨੂੰ ਰਹੇ ਸਹਾਰ ਸਵਾਮੀ ਲਾਇਆ ਲਾਇਆ ਜੋਰ ਪੰਚਾਇਤਾਂ ਨੇ ਸੇਵਕਾਂ ਨੇ ਵਾਪਸ ਮੁੜੇ ਨੀ ਕੀਤਾ ਇਨਕਾਰ ਸਵਾਮੀ ਵਾਪਸ ਮੁੜੇ ਨੀ ਕੀਤਾ ਇਨਕਾਰ ਸਵਾਮੀ ਦੇਣੀ ਜਲ ਸਮਾਧੀ ਹੈ ਵਿੱਚ ਗੰਗਾ ਦੇਤਾ ਲਿਖ ਕੇ ਆਖਰੀ ਵਾਰ ਸਵਾਮੀ ਦੇਤਾ ਲਿਖ ਕੇ ਆਖਰੀ ਵਾਰ ਸਵਾਮੀ ਦਿਨ ਚਾਲੀ ਵਾਰ ਦਿਨ ਚਾਲੀ ਵਾਰ ਚਾਲੀਸਾ ਪੂਰ ਚੜਿਆ ਉਮਰ ਸਾਲ 87 ਤੋਂ ਪਾਰ ਸਵਾਮੀ ਉਮਰ ਸਾਲ 87 ਤੋਂ ਪਾਰ ਸਵਾਮੀ ਪੰਚ ਭੌਤਿਕ ਸਰੀਰ ਨੂੰ ਛੱਡ ਕੇ ਤੇ ਸ਼ਿਵਪੁਰੀ ਨੂੰ ਗਏ ਸਿਧਾਰ ਸਵਾਮੀ ਸ਼ਿਵਪੁਰੀ ਨੂੰ ਗਏ ਸਿਧਾਰ ਸਵਾਮੀ ਦੇਤੀ ਜਲ ਸਮਾਧੀ ਸਵੇਰ ਅਗਲੀ ਵਿੱਚ ਛੁਪ ਗਏ ਗੰਗਾ ਦੀ ਥਾਰ ਸਵਾਮੀ ਵਿੱਚ ਛੁਪ ਗਏ ਗੰਗਾ ਦੀ ਧਾਰ ਸਵਾਮੀ
ਸੂਰਜ ਤੇਜ ਤਪੱਸਿਆ ਦਾ ਅਸਤ ਹੋਇਆ ਹੋਇਆ ਵਿਸ਼ਵ ਨੂੰ ਘਟ ਆਇਆ ਪਾਰ ਸਵਾਮੀ ਹੋਇਆ ਵਿਸ਼ਵ ਨੂੰ ਘਟ ਆਇਆ ਪਾਰ ਸਵਾਮੀ ਕੈਸਾ ਦਰਸ਼ਨੀ ਕੈਸਾ ਦਰਸ਼ਨੀ ਗੁਰੂ ਆਲੋਪ ਹੋਇਆ ਹੁਣ ਹੋਣਗੇ ਕਦੋਂ ਦੀਦਾਰ ਸਵਾਮੀ ਹੋਣਗੇ ਕਦੋਂ ਦੀਦਾਰ ਸਵਾਮੀ ਪੱਤਾ ਪੱਤਾ ਸ਼ਿਵ ਧਾਮ ਉਦਾਸ ਹੋਇਆ ਕਦੋਂ ਆਊ ਬਸੰਤ ਬਹਾਰ ਸਵਾਮੀ ਕਦੋਂ ਆਊ ਬਸੰਤ ਬਹਾਰ ਸਵਾਮੀ ਸੇਵਕ ਭੁੱਲਣਾ ਸੇਵਕ ਭੁੱਲਣਾ ਸਕਣਗੇ ਭੀਮ ਮੋੜਾ ਧਾਰੀ ਜੀ ਸ਼ਿਵ ਅਵਤਾਰ ਸਵਾਮੀ ਦੂਦਾ ਧਾਰੀ ਜੀ ਸ਼ਿਵ ਅਵਤਾਰ ਸਵਾਮੀ ਸਵਾਮੀ ਦੂਦਾ ਧਾਰੀ ਜੀ ਮਹਾਰਾਜ 3 ਅਗਸਤ 2014 ਨੂੰ ਸ਼੍ਰੀ ਸ਼ਿਵ ਧਾਮ ਨਮੋਲ ਛੱਡ ਕੇ ਸਰੀਰ ਛੱਡਣ ਵਾਸਤੇ ਬ੍ਰਹਮਲੀਨ ਹੋਣ ਵਾਸਤੇ ਉਤਰਾਂਚਲ ਨੂੰ ਚਲੇ ਗਏ ਹਰਿਦੁਆਰ ਤੋਂ ਅੱਗੇ ਰਿਸ਼ੀਕੇਸ਼ ਤੋਂ ਨੀਲਕੰਠ ਮਾਰਗ 'ਤੇ ਫੂਲ ਚੱਟੀ ਆਸ਼ਰਮ 'ਚ ਜਾ ਵਿਰਾਜੇ ਗੰਗਾ ਕਿਨਾਰੇ ਜਾ ਵਿਰਾਜੇ ਦੂਧ ਅਤੇ ਜਲ ਦਾ ਵੀ ਪਰਿਤਿਆਗ ਕਰ ਦਿੱਤਾ ਨਿਰਾਹਾਰ ਹੋ ਕੇ 40ਵੇਂ ਦਿਨ ਨੂੰ ਬ੍ਰਹਮਲੀਨ ਹੋਣ ਦਾ ਵਿਚਾਰ ਕਰਕੇ ਅਨਸ਼ਨ ਵਰਤ 40 40 ਦਿਨਾਂ ਦਾ ਘੋਰ 40 ਧਾਰਨ ਕਰਕੇ ਗੰਗਾ ਕਿਨਾਰੇ ਵਿਰਾਜੇ ਰਹੇ ਪਿੰਡਾਂ ਦੀਆਂ ਪੰਚਾਇਤਾਂ ਨੇ ਵੀ ਵਾਪਸ ਮੋੜਨ ਵਾਸਤੇ ਜ਼ੋਰ ਲਾਇਆ ਜ਼ੋਰ ਪੰਚਾਇਤਾਂ ਨੇ ਸੇਵਕਾਂ ਨੇ ਵਾਪਸ ਮੁੜੇ ਨਹੀਂ ਕੀਤਾ ਇਨਕਾਰ ਸਵਾਮੀ ਪਰ ਪਰਮ ਤਪਸਵੀ ਤੇਜਸਵੀ ਹਠੀ ਸਵਾਮੀ ਜੀ ਵਾਪਸ ਮੁੜੇ ਨਹੀਂ ਦਿਨ 27 ਬੀਤ ਗਏ 28ਵੇਂ ਦਿਨ 1 ਸਤੰਬਰ 2014 ਨੂੰ ਗੁਰੂ ਦੇਵ ਸਵਾਮੀ ਜੀ ਨੇ ਸਾਨੂੰ ਸੰਦੇਸ਼ ਲਾਇਆ ਆਪਣੀ ਇਸ ਮੌੜਾਂ ਵਾਲੀ ਭਜਨ ਮੰਡਲੀ ਨੂੰ ਬੁਲਾਇਆ ਅਸੀਂ ਫੂਲ ਚੱਟੀ ਪਹੁੰਚੇ ਤਪੋ ਮੂਰਤੀ ਤਿਆਗ ਮੂਰਤੀ ਸਵਾਮੀ ਜੀ ਉਸ ਵਕਤ ਇੱਕ ਉੱਚੇ ਆਸਣ 'ਤੇ ਬਿਰਾਜੇ ਹੋਏ ਸੀ ਅਸੀਂ ਜਾਣਸਾਰ ਡੰਡੌਤ ਕੀਤੀ ਕਿਰਪਾਲੂ ਸਵਾਮੀ ਜੀ ਨੇ ਐਸੀ ਕਿਰਪਾ ਕੀਤੀ ਦਾਸ ਦਾ ਹੱਥ ਪਕੜ ਲਿਆ ਹੱਥ ਪਕੜ ਕੇ ਉੱਪਰ ਆਪਣੇ ਆਸਣ 'ਤੇ ਚਰਨਾਂ 'ਚ ਬਿਠਾ ਲਿਆ ਆਪਣੇ ਇਸ ਦਾਸ ਨੂੰ ਚਰਨ ਦਬਾਉਣ ਲਾ ਲਿਆ ਚਰਨ ਦਵਾਈ 10 ਮਿੰਟ ਤੱਕ ਜੀ ਸੁਣ ਕੇ ਭਜਨ ਦਿੱਤਾ 1 ਲੱਖ ਜੀ ਸਾਨੂੰ ਸੁਣ ਕੇ ਭਜਨ ਦਿੱਤਾ 1 ਲੱਖ ਜੀ ਸੇਵਕੋ ਰੁਪਈਏ
ਸੇਵ ਕੋ ਰੁਪਈਏ ਸਸਤੇ ਜਹਾਨ ਦੇ, ਸਸਤੇ ਜਹਾਨ ਦੇ। ਸੇਵ ਕੋ ਭਜਨ ਮਹਿੰਗੇ ਭਗਵਾਨ ਦੇ, ਆ ਸੇਵ ਕੋ ਭਜਨ ਮਹਿੰਗੇ ਭਗਵਾਨ ਦੇ। ਭਜਨ ਸੁਣ ਕੇ ਕਵੀਸ਼ਰਾਂ ਨੂੰ ਲੱਖ ਲੱਖ ਰੁਪਈਏ ਆਸ਼ੀਰਵਾਦ ਦੇ ਦੇਣ ਵਾਲੇ ਨਮੋਲ ਵਾਲੇ ਸਵਾਮੀ ਜੀ, ਸਵਾਮੀ ਦੂਧਾਧਾਰੀ ਜੀ ਮਹਾਰਾਜ ਕੀ ਜੈ। ਭਜਨ ਸੁਣ ਕੇ ਸਾਨੂੰ ਲੱਖ ਰੁਪਏ ਦਾ ਆਸ਼ੀਰਵਾਦ ਦੇ ਕੇ ਸਵਾਮੀ ਜੀ ਕਹਿੰਦੇ, ਭਾਈ ਸੇਵਕੋ, ਰੁਪਈਏ ਸਸਤੇ ਹੁੰਦੇ ਨੇ, ਭਜਨ ਮਹਿੰਗੇ ਹੁੰਦੇ ਨੇ, ਭਜਨਾਂ ਦੀ ਕੀਮਤ ਨਹੀਂ ਪਾਈ ਜਾ ਸਕਦੀ। ਮੇਰੀ ਭਜਨ ਮੰਡਲੀ, ਇਉਂ ਕਰੋ, ਆਪਣੇ ਸ਼ਿਵ ਧਾਮ ਦੇ ਸਿੱਧ ਬਾਬਾ ਸਰਵਸਵਧਾਨੀ ਭਗਤ ਟਹਿਲਗਿਰ ਦੀ ਕਥਾ ਲਿਖੋ, ਮਨ ਚਿਤ ਲਾ ਕੇ ਲਿਖੋ, ਭਗਤ ਦਾ ਜਸ ਗਾਓ, ਇਹ ਮੇਰੀ ਆਖਰੀ ਆਗਿਆ। ਸਾਡੇ ਪ੍ਰਤੀ ਇਹ ਵਚਨ ਸਵਾਮੀ ਜੀ ਨੇ ਸ਼ਾਮ ਦੇ ਠੀਕ 4:07 'ਤੇ ਕੀਤਾ ਸੀ। ਸਵਾਮੀ ਜੀ ਦਾ ਨੂਰੀ ਮੁੱਖ ਮੰਡਲ ਉਸ ਵਕਤ ਦਗ ਦਗ ਕਰਦਾ ਸੀ। ਸੇਵਕੋ, ਹੁਣ ਜਾਓ, ਤੁਹਾਨੂੰ ਆਗਿਆ। ਸਾਨੂੰ ਪ੍ਰਸ਼ਾਦ ਦਿੱਤਾ, ਸਾਡੇ ਸਿਰ 'ਤੇ ਦੋਏ ਕਰ ਕਮਲ ਰੱਖੇ, ਗੁਰੂ ਤੋਂ ਵਿਛੜ ਕੇ ਅਸੀਂ ਮਸਾਂ ਵਾਪਸ ਆਏ। ਆ ਕੇ ਗੁਰੂ ਆਗਿਆ ਅਨੁਸਾਰ ਭਗਤ ਟਹਿਲਗਿਰ ਜੀ ਦਾ ਕਵੀਸ਼ਰੀ ਪ੍ਰਸੰਗ ਰਚਿਆ। ਗੁਰੂ ਭਗਤੀ ਸਿਖਾਉਣ ਵਾਲਾ, ਨਾਮਦਾਨ ਇਸ਼ਨਾਨ ਦ੍ਰਿੜਾਉਣ ਵਾਲਾ ਇਹ ਅਮਰ ਪ੍ਰਸੰਗ ਫਿਰ ਦੋ ਭਾਗਾਂ 'ਚ ਗਾਇਆ। ਬੋਲੋ ਸਿੱਧ ਬਾਬਾ ਸਰਵਸਵਦਾਨੀ ਭਗਤ ਟਹਿਲਗਿਰ ਜੀ ਮਹਾਰਾਜ ਕੀ ਜੈ। ਉਧਰ ਫੂਲ ਚੱਟੀ ਆਸ਼ਰਮ 'ਚ ਕੀ ਹੋਇਆ? ਸਵਾਮੀ ਜੀ ਦੇ ਅਨਸ਼ਨ ਵਰਤ ਚਾਲੀਸੇ ਨੂੰ 40 ਦਿਨ ਹੋ ਗਿਆ। ਆਪਣੀ ਇੱਛਾ ਅਨੁਸਾਰ ਦਿਨ ਦੇ 1:03 'ਤੇ 11 ਸਤੰਬਰ 2014 ਨੂੰ ਆਪਣੀ ਇੱਛਾ ਅਨੁਸਾਰ ਸਵਾਮੀ ਜੀ ਬ੍ਰਹਮਲੀਨ ਹੋ ਗਏ। ਸੂਰਜ ਤੇਜ ਤਪੱਸਿਆ ਦਾ ਅਸਤ ਹੋਇਆ, ਕੈਸਾ ਦਰਸ਼ਨੀ ਗੁਰੂ ਅਲੋਪ ਹੋਇਆ, ਹੁਣ ਹੋਣਗੇ ਕਦੋਂ ਦੀਦਾਰ ਸਵਾਮੀ। ਦੇਤੀ ਜਲ ਸਮਾਧੀ, ਸਵੇਰ ਅਗਲੀ। ਅਗਲੇ ਦਿਨ 12 ਸਤੰਬਰ ਨੂੰ ਦਿਨ ਦੇ 11 ਸਵਾਮੀ ਜੀ ਦੇ ਪੰਚ ਭੌਤਿਕ ਸਰੀਰ ਨੂੰ ਗੰਗਾ ਜੀ 'ਚ ਜਲ ਸਮਾਧੀ ਦੇ ਦਿੱਤੀ ਗਈ। ਸੇਜਲ ਅੱਖਾਂ ਨਾਲ ਹਜ਼ਾਰਾਂ ਸ਼ਰਧਾਲੂਆਂ ਦੇ ਦੇਖਦੇ ਦੇਖਦੇ ਦਰਸ਼ਨੀ ਗੁਰੂ ਦੇਵ ਜੀ ਸਵਾਮੀ ਦੂਧਾਧਾਰੀ ਮਹਾਰਾਜ ਜੀ ਗੰਗਾ 'ਚ ਛੁਪ ਗਏ। ਗੰਗਾ ਮੇ ਛੁਪ ਗਏ ਸਵਾਮੀ ਮਹਾਰਾਜ ਜੀ, ਸੁਨਾ ਚਾਰ ਚੁਫੇਰਾ ਗੁਰੂ ਬਾਜ ਜੀ। ਗੰਗਾ ਮੇ ਛੁਪ ਗਏ ਕੀਤੇ ਕ੍ਰਿਸ਼ਮੇ 87 ਗੁਰੂ, ਹੁਣ ਹੋਣੇ ਕਦੇ ਨਾ ਦਰਸ਼ ਗੁਰੂ। ਕੈਸੇ ਜੀਣ ਜਿਨ੍ਹਾਂ ਦੇ ਪਿਆਰੇ ਗਏ,
ਰੋਂਦੇ ਰਹਿੰਦੇ ਜਿਨ੍ਹਾਂ ਦੇ ਸਹਾਰੇ ਗਏ, ਰੋਂਦੇ ਰਹਿੰਦੇ ਜਿਨ੍ਹਾਂ ਦੇ ਸਹਾਰੇ ਗਏ, ਪਿਆਰੇ ਬਾਦ ਚ ਯਾਦ ਚ ਜਿਉਂਦੇ ਨੇ, ਗੰਗਾ ਮੀਂਹ ਛੁਪ ਗਏ ਸਵਾਮੀ ਮਹਾਰਾਜ ਜੀ, ਸੁਨਾ ਚਾਰ ਚੁਫੇਰਾ ਗੁਰੂ ਬਾਜ ਜੀ, ਗੰਗਾ ਮੀਂਹ ਛੁਪ ਗਏ ਛੁਪ ਗਏ ਗੰਗਾ ਮੇਂ। ਗੰਗਾ ਮਈਆ ਸਾਡੇ ਸਵਾਮੀ ਜੀ ਕਦੋਂ ਪ੍ਰਗਟ ਹੋਣਗੇ? ਜਨਮ ਮਰਨ ਤੋਂ ਰਹਿਤ ਸਵਾਮੀ ਜੀ ਦੁਆਰਾ ਆਓ, ਪੁਨਰ ਜਨਮ ਧਾਰਨ ਕਰੋ। ਪੁਨਰ ਜਨਮ ਬਾਰੇ ਆਪ ਬਚਨਬੱਧ ਹੋਏ ਹੋਏ ਹੋ, ਪੁਨਰ ਜਨਮ ਬਾਰੇ ਗੀਤਾ ਪ੍ਰੈਸ ਗੋਰਖਪੁਰ ਦੀ ਪੁਸਤਕ ਆਪ ਭਰੀ ਸਭਾ 'ਚ 6 ਮਹੀਨੇ ਪੜ੍ਹਾਉਂਦੇ ਰਹੇ ਸੀ। ਆਪ ਨੇ ਸ਼ਿਵ ਧਾਮ ਦੀ ਸੇਵਾ ਪ੍ਰਤੀ ਸਮਰਪਿਤ ਨਿਕਟਵਰਤੀ ਸੇਵਕ ਕੁਲਵੰਤ ਰਾਮ ਜੀ ਚੱਠਿਆਂ ਵਾਲਿਆਂ ਨੂੰ, ਆੜਤੀਏ ਸੇਠ ਵਿਨੋਦ ਕੁਮਾਰ ਨੇਵਟੀਆ ਜੀ ਬੁਢਲਾਡੇ ਵਾਲਿਆਂ ਨੂੰ, ਵੈਦਰਾਜ ਲਖਵਿੰਦਰ ਕੁਮਾਰ ਜੀ ਬਰੇ ਵਾਲਿਆਂ ਨੂੰ ਰਮਜ ਮਾਰੀ ਸੀ। ਸਵਾਮੀ ਜੀ ਇਹ 3 ਸੇਵਕਾਂ ਦੇ ਸਾਹਮਣੇ ਆਪਨੇ ਰਮਜ ਮਾਰੀ ਸੀ। ਭਾਈ ਸੇਵਕੋ, ਇਹ ਚੋਲਾ ਪੁਰਾਣਾ ਹੋ ਗਿਆ, ਹੁਣ ਮੈਂ ਨਵਾਂ ਚੋਲਾ ਪਾਊਂਗਾ। ਕੇਲਾ ਭਰੀਆਂ ਦੇ ਮਹੰਤ ਇੰਦਰਦਾਸ ਜੀ ਸਾਹਮਣੇ ਸ਼੍ਰੀ ਸ਼ਿਵ ਗੱਦੀ ਕੋਲ ਆਪਨੇ ਪੁਨਰ ਜਨਮ ਬਾਰੇ ਇਹ ਬਚਨ ਕਹੇ ਸੀ। ਆ ਝੁੱਗਾ ਜਾ ਪਾਏ ਨੂੰ 87 ਸਾਲ ਚੱਲ ਰਿਹਾ, ਇਹ ਪੁਰਾਣਾ ਹੋਇਆ ਪਿਆ। ਸੇਵਕੋ, ਹੁਣ ਮੈਂ ਇਹਦੀ ਬਦਲੀ ਕਰਕੇ ਨਵਾਂ ਝੁੱਗਾ ਪਾਊਂਗਾ। ਪਿੰਡ ਸ਼ਾਦੀ ਹਰੀ ਦੇ ਵਿਦਵਾਨ ਬ੍ਰਾਹਮਣ ਪੰਡਿਤ ਜਗਨਨਾਥ ਜੀ ਦੇ ਪੁੱਛਣ 'ਤੇ ਆਪ ਜੀ ਨੇ ਇਹ ਵਚਨ ਕਹੇ ਸੀ। ਸਵਾਮੀ ਜੀ ਉਹ ਵਚਨਾਂ ਨੂੰ ਯਾਦ ਕਰੋ। ਆਪ ਜੀ ਨੇ ਇਹ ਵਚਨ ਕਹੇ ਸੀ ਪੰਡਿਤ ਜਗਨਨਾਥ ਜੀ ਨੂੰ, ਦੇਵਤਾ ਜੀ ਫਿਕਰ ਕਿਉਂ ਕਰਦੇ ਹੋ? ਸ਼ਿਵ ਧਾਮ ਦੀ ਸੇਵਾ ਜੇ ਐਤਕੀ ਅਧੂਰੀ ਰਹਿ ਗਈ, ਪੂਰੀ ਕਰਨ ਦੁਬਾਰਾ ਆਜੂ, ਤੁਹਾਨੂੰ ਤਾਂ ਹੀ ਆਉਣਾ ਪਊਗਾ ਦੁਬਾਰੇ। ਆਵੋ ਅਵਤਾਰ ਧਾਰ ਕੇ ਪੱਤਾ ਪੱਤਾ ਸ਼ਿਵ ਧਾਮ ਦਾ ਪੁਕਾਰੇ। ਸ਼ਿਵ ਧਾਮ ਦੇ ਸੇਵਕ ਤਾਂ ਕੀ, ਸ਼ਿਵ ਧਾਮ ਦੇ ਮੋਰ ਤੋਤੇ ਕੋਇਲਾਂ ਵੀ ਉਡੀਕ 'ਚ ਨੇ, ਲਾਲ ਆਇਤ ਨੇ ਦਰਸ਼ਨਾਂ ਨੂੰ। ਆਵੋ ਅਵਤਾਰ ਧਾਰ ਕੇ ਗਰੀਬਾਂ ਦੀ ਇਉਂ ਬੇਨਤੀ ਹੈ। ਦੂਧਾਧਾਰੀ ਗੁਰੂ ਜੀ ਨਿਰਾਕਾਰ ਸਾਕਾਰ, ਪੁਨਰ ਜਨਮ ਧਾਰਨ ਕਰੋ ਸੇਵਕ ਕਰਨ ਪੁਕਾਰ। ਲਿਖਾ ਲੇਖਨੀ ਉਠਾ ਕੇ ਚਿੱਠੀ ਸਵਾਮੀ ਜੀ ਦੇ ਨਾਮ, ਨਿਰਾਕਾਰ ਹੋ ਕੇ ਵਹਿ ਗੇ ਪੁੱਲ ਵਹਿ ਗੇ ਸ਼ਿਵ ਧਾਮ। ਬੀਤੇ ਯੁੱਗ ਦੇ ਸਮਾਨ ਸਾਨੂੰ ਸੁਭਾ ਔਰ ਸ਼ਾਮ, ਭੋਲੇਨਾਥ ਜੀ ਲਾਈਂਦੇ ਨਹੀਂ ਲਾਰੇ। ਆਵੋ ਅਵਤਾਰ ਧਾਰ ਕੇ ਪੱਤਾ ਪੱਤਾ ਸ਼ਿਵ ਧਾਮ ਦਾ ਪੁਕਾਰੇ।
ਆਵੋ ਅਵਤਾਰ ਧਾਰ ਕੇ। ਬੱਚਾ ਬੱਚਾ ਹਰ ਕੋਈ ਕਰੇ ਅਰਜੋਈ ਜੀ, ਰੁੱਤਾਂ ਪਾਉਣਾ ਗਮਗੀਨ ਬਨਸਪਤੀ ਰੋਈ ਜੀ। ਮੋਰ ਕੋਇਲਾਂ ਕੋਰ ਲਾਈਆਂ ਪੱਤ ਚੜ ਹੋਈ ਜੀ, ਛੇਤੀ ਬੌੜ ਜਾ ਬਸੰਤ ਬਹਾਰੇ, ਆਵੋ ਅਵਤਾਰ ਤਾਰ ਕੇ। ਪੱਤਾ ਪੱਤਾ ਸ਼ਿਵ ਧਾਮ ਦਾ ਪੁਕਾਰੇ, ਆਵੋ ਅਵਤਾਰ ਤਾਰ ਕੇ। ਨਗਰੀ ਨਗਰੀ ਦੁਆਰੇ ਦੁਆਰੇ ਬਾਤ ਆਪ ਦੀ ਚੱਲੀ, ਬਿਨਾ ਨੰਦ ਕੇ ਕਿਸ਼ੋਰ ਸੁਨੀ ਬ੍ਰਜ ਕੀ ਗਲੀ, ਸੁਨੀ ਬ੍ਰਜ ਕੀ ਗਲੀ। ਮੰਨੋ ਮਿਸ਼ਰੀ ਸਮਾਨ ਸਾਡੀ ਲੂਣ ਦੀ ਡਲੀ, ਜਿਉਂਦੇ ਫਿਰਦੇ ਹਾਂ ਯਾਦਾਂ ਦੇ ਸਹਾਰੇ, ਆਵੋ ਅਵਤਾਰ ਤਾਰ ਕੇ। ਪੱਤਾ ਪੱਤਾ ਸ਼ਿਵ ਧਾਮ ਦਾ ਪੁਕਾਰੇ, ਆਵੋ ਅਵਤਾਰ ਤਾਰ ਕੇ। ਸ਼ਿਵ ਨਗਰੀ ਵਿਸਾਰੀ ਮਾਰੀ ਬਿਰਹੈ ਦੀ ਮਾਰ, ਦੇਖੋ ਭਿਕਸ਼ਾ ਭੰਡਾਰ ਕਰ ਰਿਹਾ ਇੰਤਜਾਰ। ਇੰਤਜਾਰ ਵਿੱਚ ਬੈਠੇ ਗੋਪੀਆਂ ਜੂ ਨਰ ਨਾਰ, ਦੂਦਾ ਧਾਰੀ ਸਾਡਾ ਕ੍ਰਿਸ਼ਨ ਮੁਰਾਰੇ, ਆਵੋ ਅਵਤਾਰ ਤਾਰ ਕੇ। ਪੱਤਾ ਪੱਤਾ ਸ਼ਿਵ ਧਾਮ ਦਾ ਪੁਕਾਰੇ, ਆਵੋ ਅਵਤਾਰ ਤਾਰ ਕੇ। ਬੰਦ ਕੁਟਿਆ ਦੀ ਤੱਕੀ ਹਾਂ, ਬੰਦ ਕੁਟਿਆ ਦੀ ਤੱਕੀ ਆ ਕੇ ਖੋਲੋਂਗੇ ਕਦੋਂ, ਬਾਰੇ ਗਾਹਕ ਖਲੋਤੇ ਸੌਦਾ ਤੋਲੋਂਗੇ ਕਦੋਂ, ਸੌਦਾ ਤੋਲੋਂਗੇ ਕਦੋਂ। ਭਾਈ ਭਜਨ ਸੁਣਾਓ ਆ ਕੇ ਬੋਲੋਂਗੇ ਕਦੋਂ, ਤੁਰ ਜਾਣ ਨਾਏ ਸੇਵਕ ਚਾਰੇ, ਆਵੋ ਅਵਤਾਰ ਤਾਰ ਕੇ। ਪੱਤਾ ਪੱਤਾ ਸ਼ਿਵ ਧਾਮ ਦਾ ਪੁਕਾਰੇ, ਆਵੋ ਅਵਤਾਰ ਤਾਰ ਕੇ। ਸੀਕ ਵਿਸ਼ਰੀ ਕਥਾ ਦਾ ਵਿਰਸਾ ਸੰਭਾਲਿਆ, ਵਟਾਂ ਵਾਲੀ ਪਗੜੀ ਵਾਲੇ ਮਿੱਠੇ ਬੋਲਾਂ ਵਾਲਿਆ, ਮਿੱਠੇ ਬੋਲਾਂ ਵਾਲਿਆ। ਅਸੀਂ ਕਿੰਨੇ ਸੂਬਿਆਂ ਚੋਂ ਸਾਧੂਆਂ ਚੋਂ ਪਾਲਿਆ, ਮਿਲੇ ਕੁੰਭ ਤੇ ਨਾ ਮਿਲੇ ਕੁੰਭ ਤੇ ਨਾ ਗੰਗਾ ਦੇ ਕਿਨਾਰੇ, ਆਵੋ ਅਵਤਾਰ ਤਾਰ ਕੇ। ਪੱਤਾ ਪੱਤਾ ਸ਼ਿਵ ਧਾਮ ਦਾ ਪੁਕਾਰੇ, ਆਵੋ ਅਵਤਾਰ ਤਾਰ ਕੇ। ਪਿੰਡ ਸ਼ਾਦੀ ਹਰੀ ਦੇ ਪੰਡਿਤ ਜਗਨਨਾਥ, ਤੁਹਾਡੇ ਯਾਦ ਕਰਵਾਈਏ ਤੁਹਾਡਾ ਵਾਦਾ ਓ ਨਸਾ। ਮੈਂ ਜਨਮ ਲੈ ਕੇ ਦੂਜਾ
ਕੂਰ ਝਾੜ ਦੂੰਗਾ ਬਾਤ, ਤੁਹਾਨੂੰ ਤਾਂ ਹੀ ਆਉਣਾ ਪਊਗਾ ਦੁਆਰੇ। ਆਵ ਅਵਤਾਰ ਤਾਰ ਕੇ ਪੱਤਾ ਪੱਤਾ ਸ਼ਿਵ ਧਾਮ ਦਾ ਪੁਕਾਰੇ, ਆਵ ਅਵਤਾਰ ਤਾਰ ਕੇ ਕਥਾ ਪੁਨਰ ਜਨਮ ਪੋਥੀ ਮੰਗਵਾਈ ਸੀ, ਤੁਸੀਂ ਪੋਥੀ 6 ਮਹੀਨੇ ਸਵਾ ਚ ਪੜ੍ਹਾਈ ਸੀ। ਥੋਡੀ ਰਮ ਜੇ ਸਮਝ ਥੋਡੇ ਬਾਦ ਆਈ ਸੀ, ਥੋਡਾ ਭਾਵ ਸੀ ਜਨਮ ਦੂਜੇ ਬਾਰੇ। ਆਵ ਅਵਤਾਰ ਤਾਰ ਕੇ ਪੱਤਾ ਪੱਤਾ ਸ਼ਿਵ ਧਾਮ ਦਾ ਪੁਕਾਰੇ, ਆਵ ਅਵਤਾਰ ਤਾਰ ਕੇ ਸਵਾਮੀ ਬਚਨਾਂ ਦੇ ਪੂਰੇ ਹਾਂ, ਸਵਾਮੀ ਬਚਨਾਂ ਦੇ ਪੂਰੇ ਸਾਨੂੰ ਪੂਰਾ ਹੈ ਯਕੀਨ, ਉਹੀ ਤੁੰਬਾ ਉਹੀ ਖੁੰਡਾ ਨੈਣ ਚਾਉਂਦੇ ਉਹੀ ਸੀਨ। ਭਗਤ ਟਹਿਲ ਵਾਂਗੂ ਦੇਈਏ ਆ ਕੇ ਮੰਗੋ ਜੇ ਜ਼ਮੀਨ, ਸਿਰ ਦੇ ਦਿਆਂਗੇ ਦੇ ਦਿਓ ਦੀਦਾਰੇ। ਆਵ ਅਵਤਾਰ ਤਾਰ ਕੇ ਪੱਤਾ ਪੱਤਾ ਸ਼ਿਵ ਧਾਮ ਦਾ ਪੁਕਾਰੇ, ਆਵ ਅਵਤਾਰ ਤਾਰ ਕੇ ਜਿਉ ਤਰੁਵ ਜੀ ਦਾ ਟਿੱਲਾ ਮਧੂਬਨ ਵਿੱਚ ਟਿੱਲਾ, ਗੁਰੂ ਗੋਰਖ ਦਾ ਟਿੱਲਾ ਇਉ ਨਮੋਲ ਵਿੱਚ ਟਿੱਲਾ, ਇਉ ਨਮੋਲ ਵਿੱਚ ਟਿੱਲਾ। ਹਮ ਬਾਮ ਗਿਰ ਜੀ ਨੇ ਨਹੀਂ ਪੈਣ ਦਿੱਤਾ ਟਿੱਲਾ, ਪਿੱਛੋਂ ਤੂਣਾ ਕਥਾ ਮੰਡ ਪਇਓ ਸਾਰੇ। ਆਵ ਅਵਤਾਰ ਤਾਰ ਕੇ ਪੱਤਾ ਪੱਤਾ ਸ਼ਿਵ ਧਾਮ ਦਾ ਪੁਕਾਰੇ, ਆਵ ਅਵਤਾਰ ਤਾਰ ਕੇ ਦੇਗ ਨਕਸ਼ਾ ਬਣਾ ਕੇ ਜਰਾ ਕਰੋ ਯਾਦ ਜੀ, ਲੰਮੀ ਹੈ ਹਜ਼ਾਰਾਂ ਸਾਲ ਟਿੱਲੇ ਦੀ ਮਿਆਦ ਜੀ। ਸ਼ਿਵ ਸਾਗਰ ਰਚਾਉਣਾ ਆਉਣਾ ਉਸਤਾਦ ਜੀ, ਰਚੋ ਪਾਠਸ਼ਾਲਾ ਥੋਡਾ ਇਕਰਾਰੇ। ਆਵ ਅਵਤਾਰ ਤਾਰ ਕੇ ਪੱਤਾ ਪੱਤਾ ਸ਼ਿਵ ਧਾਮ ਦਾ ਪੁਕਾਰੇ, ਆਵ ਅਵਤਾਰ ਤਾਰ ਕੇ ਲਿਆ ਪੁਨਰ ਜਨਮ। ਕਿਹੜੇ ਸ਼ਹਿਰ ਗਰਾਮ, ਕਿੰਨੇ ਵਰਸ਼ਾਂ ਦੇ ਹੋ ਕੇ ਆ ਜਾਓਗੇ ਸ਼ਿਵ ਧਾਮ, ਆ ਜਾਓਗੇ ਸ਼ਿਵ ਧਾਮ। ਮੁੜ ਆਓ ਮੁੜ ਆਏ ਜੂ ਅਯੁੱਧਿਆ ਚ ਰਾਮ, ਲਾਲ ਤਨੇ ਭਰਤ ਜਿਉ ਸਾਰੇ। ਆਵ ਅਵਤਾਰ ਤਾਰ ਕੇ ਪੱਤਾ ਪੱਤਾ ਸ਼ਿਵ ਧਾਮ ਦਾ ਪੁਕਾਰੇ,
ਆਵ ਅਵਤਾਰ ਤਾਰ ਕੇ। ਗਏ ਸੇਵਕ ਪੁਰਾਣੇ ਨਾਲ ਉਹਨਾਂ ਨੂੰ ਲਿਆਓ, ਆਪ ਨੂਰ ਦਾ ਖਜ਼ਾਨਾ, ਨੂਰੀ ਮੈਂ ਫਲਾਂ ਸਜਾਓ, ਨੂਰੀ ਮੈਂ ਫਲਾਂ ਸਜਾਓ। ਪਹਿਲਾਂ ਭੰਗ ਪੀਮ ਕੋਲੋਂ ਸੱਤ ਭਜਨ ਗਵਾਓ, ਆਓ ਆਸਣ ਤੇ ਸੱਤ ਗੁਰੂ ਪਿਆਰੇ, ਆਓ ਅਵਤਾਰ ਧਾਰ ਕੇ, ਪੱਤਾ ਪੱਤਾ ਸ਼ਿਵ ਧਾਮ ਦਾ ਪੁਕਾਰੇ, ਆਵੋ ਅਵਤਾਰ ਧਾਰ ਕੇ। ਅਵਤਾਰ ਤਾਂ ਆਪ ਜੀ ਨੂੰ ਲੈਣਾ ਪਊ, ਸਵਾਮੀ ਜੀ ਆਪਣੇ ਸ਼ਿਵ ਧਾਮ 'ਚ ਤਾਂ ਆਪ ਜੀ ਨੂੰ ਦੁਬਾਰਾ ਆਉਣੇ ਹੀ ਪਊ। ਦੇਖੋ ਗੰਗਾ ਸਾਗਰ ਕੋਲ ਪਿਆ ਸੈਂਕੜੇ ਮਣਾਂ ਦਾ ਲੱਕੜਾਂ ਦਾ ਪਚਾਸਾ, ਇਹ ਲੱਕੜਾਂ ਦਾ ਢੇਰ ਆਪ ਜੀ ਦੀਆਂ ਰਾਹਾਂ ਦੇਖ ਰਿਹਾ। ਆਪ ਵਚਨ ਕਰਕੇ ਗਏ ਹੋਇਓ, ਪਿਆ ਸੇਵ ਕੋ ਰਹਿਣ ਦੋ ਇਹ ਲੱਕੜਾਂ ਦਾ ਢੇਰ, ਸੇਵਾ ਵਿੱਚ ਲਵਾਊਂਗਾ, ਆਊਂਗਾ ਮੈਂ ਫੇਰ, ਆਊਂਗਾ ਮੈਂ ਫੇਰ। ਸ਼ਿਵ ਧਾਮ 'ਚ 28 ਲੱਖ ਰੁਪਈਆਂ ਦੀ ਹੋਰ ਲੱਕੜੀ ਦਾ ਲਿਆਂਦੀ, ਪਰ ਟਾਹਲੀਆਂ ਦੀਆਂ ਲੱਕੜਾਂ ਦਾ ਇਹ ਪਚਾਸਾ ਨਹੀਂ ਵਰਤਣ ਦਿੱਤਾ। ਇਹ ਵਿਚਾਰਾ ਕਿੱਦਣ ਦਾ ਆਪ ਜੀ ਦੀ ਉਡੀਕ ਕਰ ਰਿਹਾ ਕਿ ਸਵਾਮੀ ਜੀ ਕਹਿ ਕੇ ਗਏ ਹੋਏ ਨੇ, ਸਵਾਮੀ ਜੀ ਕਹਿ ਕੇ ਗਏ ਹੋਏ ਨੇ, ਜ਼ਰੂਰ ਆਉਣਗੇ, ਆ ਕੇ ਮੈਨੂੰ ਕਿਸੇ ਸੇਵਾ 'ਚ ਲਵਾਉਣਗੇ। ਤੁਹਾਨੂੰ ਤਾਂ ਹੀ ਆਉਣਾ ਪਊਗਾ ਦੁਬਾਰੇ, ਹੇ ਸ਼ੁਭ ਦਰਸ਼ਨ ਗੁਰੂ ਦੇਵ ਜੀ, ਚਾਹੇ ਆਪ ਜਨਮ ਮਰਨ ਤੋਂ ਰਹਿਤ ਹੋ, ਮੁਕਤ ਸਵਰੂਪ ਹੋ, ਪਰ ਸਵਾਮੀ ਜੀ ਯਾਦ ਕਰੋ, ਆਪ ਨੇ ਆਪਣੀ ਇਸ ਮੌੜਾਂ ਵਾਲੀ ਭਜਨ ਮੰਡਲੀ ਨੂੰ ਵੀ ਇੱਕ ਦਿਨ ਇੱਕ ਵਚਨ ਦਿੱਤਾ ਸੀ। ਹੇ ਮੇਰੀ ਭਜਨ ਮੰਡਲੀ, ਭਾਈ ਸੇਵਕੋ, ਮੈਂ ਸਤਿਯੁਗ ਤੋਂ ਚੱਲਿਆ ਹੋਇਆ, ਤੁਸੀਂ ਮੇਰੇ ਨਾਲ ਹੀ ਹੁੰਦੇ ਸੀ, ਹੁਣ ਵੀ ਨਾਲ ਹੀ ਰੱਖੇ ਹੋਏ ਹੋ, ਅੱਗੇ ਨੂੰ ਵੀ ਨਾਲ ਹੀ ਰੱਖੂੰਗਾ। ਕਰਿਆ ਵਾਧਾ ਵਾਧਾ ਪੂਰ ਚੜਾਓ ਸਵਾਮੀ ਜੀ, ਨਿਰਾਕਾਰ ਤੋਂ ਸਾਕਾਰ ਹੋ ਜਾਣ ਵਾਲੇ ਸ਼ਿਵ ਸਵਾਮੀ ਜੀ, ਸਾਨੂੰ ਸਾਡੇ ਇਸੇ ਜਨਮ 'ਚ ਆ ਮਿਲੋਂਗੇ ਜਾਂ ਸਾਨੂੰ ਹੋਰ ਜਨਮ ਦੇ ਕੇ ਉਦੋਂ ਮਿਲੋਂਗੇ। ਆਪ ਮਿੱਥਿਆ ਭਾਸ਼ੀ ਨਹੀਂ, ਸਤ ਭਾਸ਼ੀ ਹੋ, ਸਤ ਸਰੂਪ ਹੋ, ਸਤਿਅਮ ਸ਼ਿਵਮ ਸੁੰਦਰਮ, ਸੁੰਦਰ ਵਟਾਂ ਵਾਲੀ ਭਗਮੀ ਪਗੜੀ ਵਾਲੇ, ਰਿਸ਼ੀਆਂ ਮੁਨੀਆਂ ਵਰਗੇ ਸਰੂਪ ਵਾਲੇ ਸਵਾਮੀ ਜੀ, ਰਿਸ਼ੀਆਂ ਜੈਸਾ ਦਾੜਾ ਪਗੜੀ ਖੂਬ ਸਜਾਈ ਜੀ, ਕਿਧਰੇ ਐਸਾ ਰੂਪ ਦੇ ਰਿਹਾ ਨਹੀਂ ਦਿਖਾਈ ਜੀ। ਸੂਰਦਾਸ ਜਾ ਕੋ ਮਨ ਜਾਸੋ, ਤਾ ਕੋ ਸੋਈ ਸੁਹਾਤ, ਗੁਰੂ ਦੇਵ ਯਾਰ ਜੀ ਜਾਣਨੀ ਨਫਰ ਜੀ, ਸੁਣ ਕੇ ਹੇ ਹਰ ਜੀ ਮੁੜ ਆਓ ਘਰ ਜੀ, ਮੁੜ ਆਓ ਘਰ ਜੀ। ਆਪ ਜੀ ਦਾ ਘਰ ਸ਼੍ਰੀ ਸ਼ਿਵਧਾਮ, ਸ਼ਿਵਧਾਮ ਦੀ ਸ਼੍ਰੀ ਕੈਲਾਸ਼ ਕੁਟੀਆ, ਸ਼੍ਰੀ ਰਾਮ ਕੁਟੀਆ, ਸ਼੍ਰੀ ਕ੍ਰਿਸ਼ਨ ਕੁਟੀਆ, ਸ਼੍ਰੀ ਗੀਤਾ ਗਿਆਨ ਕੁਟੀਆ,
ਸ਼੍ਰੀ ਕੀਰਤਨ ਕੁਟੀਆ, ਸ਼੍ਰੀ ਟਹਿਲ ਕੁਟੀਆ, ਵਿਸ਼ਰਾਮ ਕੁਟੀਆ, ਆਸਣ ਕੁਟੀਆ, ਭਿਕਸ਼ਾ ਭੰਡਾਰ ਕੁਟੀਆ, ਹਰੇਕ ਕੁਟੀਆ ਆਪ ਜੀ ਦੀ ਪ੍ਰਤੀਕਸ਼ਾ ਕਰ ਰਹੀ ਹੈ। ਇਹ ਬਿਨਤੀ ਰਘੁਵੀਰ ਗੁਸਾਈ। ਸ਼੍ਰੀ ਸ਼ਿਵ ਧਾਮ ਦੇ ਸਮੂਹ ਸੇਵਕਾਂ ਵੱਲੋਂ ਆਪ ਜੀ ਨੂੰ ਡੰਡਾਉਤ ਕਰਦੇ ਹੋਏ ਨਮੋ ਨਾਰਾਇਣ, ਨਮੋ ਨਾਰਾਇਣ, ਸਵਾਮੀ ਜੀ ਬਾਰੰਬਾਰ ਨਮੋ ਨਾਰਾਇਣ, ਪਰਮਾਨੰਦ ਸਰਵ ਵਿਆਪਿਨ ਨਮੋ ਅਸਤੂਤੇ। ਬੋਲੋ ਸ਼੍ਰੀ ਸ਼ਿਵ ਧਾਮ ਟਿੱਲੇ ਦੀ ਰਚਨਾ ਕਰਨ ਵਾਲੇ ਸ਼ਿਵ ਸਰੂਪ ਸਵਾਮੀ ਦੂਦਾਧਾਰੀ ਜੀ ਮਹਾਰਾਜ ਕੀ ਜੈ। ਕਥਾ ਕਵੀ ਸ਼੍ਰੀ ਭਜਨਾ ਦੇ ਰਸੀਏ ਜਨੋ, ਹਰੀ ਅਨੰਤ ਹਰੀ ਕਥਾ ਅਨੰਤਾ। ਗੁਰੂ ਭਗਵਾਨ ਜੀ ਦੀ ਸਾਰੀ ਲੀਲਾ ਦਾ ਗਾਨ ਮੈਂ ਤੁੱਛ ਬੁੱਧੀ ਵਾਲਾ ਸੇਵਕ ਨਹੀਂ ਕਰ ਸਕਦਾ। ਲੀਲਾ ਤੋਂ ਅਨੇਕ ਹੈ, ਹਜ਼ਾਰ ਮੁੱਖ ਸ਼ੇਸ਼ ਹੈ, ਮੇਰੇ ਤੋਂ ਮੁੱਖ ਏਕ ਹੈ। ਸਰਬ ਗੁਣ ਗਾਏ ਨਾ, ਜਿੰਨੇ ਕੁ ਗੁਣ ਗਾਏ ਗਏ ਇਹ ਸੇਵਾ ਮੇਰੇ ਭੋਲੇ ਭੰਡਾਰੀ ਗੁਰੂ ਦੇਵ ਸਵਾਮੀ ਜੀ ਸਵੀਕਾਰ ਕਰਨ। ਕਵੀ ਸ਼੍ਰੀ ਭਜਨਾ ਦੇ ਰਸੀਏ ਮਹਾਨ ਭਾਵ ਸੱਜਣੋ, ਇਹ ਸੇਵਾ ਆਪ ਜੀ ਨੇ ਵੀ ਸਵੀਕਾਰ ਕਰਨੀ, ਇੱਕ ਗ੍ਰੰਥ ਰੂਪ 'ਚ ਵੀ ਇਹ ਸੇਵਾ ਸਵੀਕਾਰ ਕਰਨੀ, ਕਥਾ ਸੁਣ ਕੇ ਗੌਰ ਕਰਨੀ, ਸ਼ਰਧਾ ਕਰਨੀ, ਪ੍ਰੇਮ ਕਰਨਾ, ਕਿਵੇਂ ਸਵਾਮੀ ਜੀ ਨੇ ਸੇਵਕਾਂ ਦੇ ਗੰਭੀਰ ਗੰਭੀਰ ਰੋਗਾਂ ਦਾ, ਸੰਕਟਾਂ ਦਾ ਨਿਵਾਰਨ ਕੀਤਾ, ਕਿਵੇਂ ਲੌਕਿਕ ਪਾਰਲੌਕਿਕ ਕਾਰਜ ਸਿੱਧ ਕੀਤੇ, ਕਿਵੇਂ ਮ੍ਰਿਤਕ ਪ੍ਰਾਣੀਆਂ ਨੂੰ ਜੀਵਿਤ ਕੀਤਾ, ਸੇਵਕਾਂ ਦੇ ਗਲ ਜਿਉਂਦੇ ਸਰਪ ਪਾ ਕੇ ਬਹਾਨਾ ਬਣਾ ਕੇ ਵਰ ਦਿੱਤੇ, ਇਕੱਠੇ ਪੰਜ ਪੰਜ ਪੁੱਤ ਪੋਤਿਆਂ ਦੇ ਵਰ ਦਿੱਤੇ, ਸਵਾਮੀ ਜੀ ਦਾ ਤਪੋ ਬਲ ਦੇਖ ਕੇ ਨਦੀਆਂ ਨੇ ਵੀ ਰਾਹ ਦਿੱਤੇ, ਹਿਮਾਲਾ ਪਰਬਤ 'ਤੇ ਤਪ ਕਰਨ ਵੇਲੇ ਕਿਵੇਂ ਹਰ ਤੀਸਰੇ ਦਿਨ ਖੁਦ ਮਾਤਾ ਅੰਨਪੂਰਨਾ ਜੀ ਨੇ ਸਵਾਮੀ ਦੂਦਾਧਾਰੀ ਜੀ ਨੂੰ ਦੂਧ ਵਰਤਾਇਆ, ਕਿਵੇਂ ਸੇਵਕਾਂ ਨੂੰ ਭਗਵਾਨ ਦੇ ਦਰਸ਼ਨ ਕਰਵਾਏ, ਜਿਵੇਂ ਭਗਤ ਟਹਿਲਗੀਰ ਜੀ ਨੂੰ, ਮਾਤਾ ਗੋਬਿੰਦ ਕੌਰ ਜੀ ਨੂੰ, ਮਾਤਾ ਸੀਤਾ ਦੇਵੀ ਜੀ ਨੂੰ ਸ਼੍ਰੀ ਸ਼ਿਵ ਰੂਪ 'ਚ ਦਰਸ਼ਨ, ਮਹੰਤ ਸੰਤ ਰਾਮ ਜੀ ਨੂੰ ਚਤੁਰਭੁਜੀ ਸ਼੍ਰੀ ਨਾਰਾਇਣ ਜੀ ਦੇ ਰੂਪ 'ਚ ਦਰਸ਼ਨ, ਸੇਵਕ ਬਲਵੀਰ ਸਿੰਘ ਬੀਰਾ ਜੀ ਨੂੰ ਸ਼੍ਰੀ ਕ੍ਰਿਸ਼ਨ ਜੀ ਦੇ ਰੂਪ 'ਚ ਦਰਸ਼ਨ, ਸੇਵਕ ਰਜਨੀਸ਼ ਜੀ ਨੂੰ ਬਾਲ ਗੋਪਾਲ ਜੀ ਦੇ ਰੂਪ 'ਚ ਦਰਸ਼ਨ, ਪੁਰਾਣੇ ਸੇਵਕ ਜੋਗਿੰਦਰ ਸਿੰਘ ਜੀ ਨੂੰ ਹਲ ਵਾਹੁੰਦੇ ਨੂੰ ਖੇਤਾਂ 'ਚ ਵਿਲੱਖਣ ਦਰਸ਼ਨ, ਸੰਗਰੂਰ ਸੋਹੀਆਂ ਸੜਕ 'ਤੇ ਰਾਜਗੜ੍ਹ ਬਸਤੀ ਦੇ ਪੁਰਾਣੇ ਸੇਵਕ ਰਾਜਕੁਮਾਰ ਜੀ ਨੂੰ ਰੋਹੀਆਂ 'ਚ ਵਿਲੱਖਣ ਦਰਸ਼ਨ। ਸਵਾਮੀ ਜੀ ਦੀ ਆਖਰੀ ਆਗਿਆ ਅਨੁਸਾਰ ਦੋ ਭਾਗਾਂ 'ਚ ਗਾਈ ਗਈ ਭਗਤ ਟਹਿਲਗਿਰ ਜੀ ਦੀ ਕਥਾ, ਇਹ ਵੀ ਕਿਰਪਾ ਕਰਕੇ ਜ਼ਰੂਰ ਸੁਣਦੇ ਰਹੋ, ਸ਼ਿਵ ਸਵਾਮੀ ਜੀ ਦੀਆਂ ਖੁਸ਼ੀਆਂ ਪਾਉਂਦੇ ਰਹੋ। ਇਹ ਕਥਾ ਹੈ ਭਗਤ ਭਗਵਾਨ ਕੀ, ਪ੍ਰੀਤੀ ਜੈਸੇ ਰਾਮ ਹਨੂਮਾਨ ਕੀ, ਸੱਚਾ ਟਹਿਲ ਭਗਤ ਛੋੜਾ ਜਿਸਨੇ ਜਗਤ, ਹਰ ਹਰ ਹੀ ਰਟਤ
ਜਿਸਨੇ ਸੱਚੇ ਗੁਰੂ ਕੀ ਪਹਿਚਾਨ ਕੀ। ਭੂਮੀ ਆਪਣੀ ਤੇ ਇਸ ਕਿਲੇ ਦਾਨ ਕੀ, ਭੂਮੀ ਆਪਣੀ ਤੇ ਇਸ ਕਿਲੇ ਦਾਨ ਕੀ। ਬੋਲੋ ਭਗਵਾਨ ਕੇ ਪਿਆਰੇ ਸ਼੍ਰੀਮਾਨ ਸਿੱਧ ਬਾਬਾ ਸਰਵਸਵਦਾਨੀ ਭਗਤ ਟਹਿਲਗੀਰ ਜੀ ਮਹਾਰਾਜ ਕੀ ਜੈ। ਕਥਾ ਸੰਪੂਰਨ ਹੋਣ ਤੇ ਅੱਜ ਫੇਰ ਧੰਨਵਾਦ ਗਰੁੱਪ ਆਫ ਡਾਕਟਰ ਡੇਵਸ ਫਾਰਮਾ ਦਾ, ਜਿਨ੍ਹਾਂ ਨੇ ਸ਼੍ਰੀ ਸਵਾਮੀ ਜੀ ਦੀ ਸੱਤੇ ਭਾਗਾਂ ਦੀ ਕਥਾ ਰਿਕਾਰਡ ਕਰਵਾਉਣ ਦੀ ਸੇਵਾ ਕੀਤੀ। ਧੰਨਵਾਦ ਹੈ ਬੁਢਲਾਡੇ ਵਾਲੇ ਸੇਵਕ ਵਿਨੋਦ ਕੁਮਾਰ ਨੇਵਟੀਆ ਜੀ ਦਾ ਅਤੇ ਵਰਿਆਂ ਵਾਲੇ ਵੈਦਰਾਜ ਲਖਵਿੰਦਰ ਕੁਮਾਰ ਸ਼ਰਮਾ ਜੀ ਦਾ, ਜਿਨ੍ਹਾਂ ਨੇ ਕਥਾ ਕਵੀ ਸ਼੍ਰੀ ਭਾਜਨਾ ਦੀ ਕਦਰ ਪਛਾਣਦੇ ਹੋਏ, ਕਵੀ ਸ਼੍ਰੀ ਪਰੰਪਰਾ ਦੀ ਸੁਰੱਖਿਆ ਕਰਦੇ ਹੋਏ ਸ਼੍ਰੀ ਸਵਾਮੀ ਜੀ ਦੀ ਇਸ ਭਜਨ ਮੰਡਲੀ ਨੂੰ ਇੱਕ ਵਾਰ ਨਹੀਂ ਅਨੇਕ ਵਾਰ ਸਨਮਾਨਿਤ ਕੀਤਾ। ਲਓ ਜੀ ਹੁਣ ਬਾਣੀ ਨੂੰ ਵਿਰਾਮ ਦੇਈਏ। ਸਾਡੇ ਗਾਉਣ ਦਾ ਸਾਡੇ ਜਿਉਣ ਦਾ ਉਦੇਸ਼ ਪ੍ਰਾਣੀਓ ਮੇਂ ਸਦਭਾਵਨਾ ਹੋ, ਵਿਸ਼ਵ ਕਾ ਕਲਿਆਣ ਹੋ। ਗੁਰੂਦੇਵ ਸਵਾਮੀ ਜੀ ਦਾ ਸੇਵਕ ਕਵੀਸ਼ਰ ਮਾਸਟਰ ਭੀਮ ਮੌੜ, ਪਿੰਡ ਮੌੜਾਂ, ਜ਼ਿਲ੍ਹਾ ਸੰਗਰੂਰ, ਪ੍ਰਾਂਤ ਪੰਜਾਬ। ਸੰਪਰਕ ਸੂਤਰ 98-152-97-240। ਸਾਥੀ ਕਵੀਸ਼ਰ ਅਮਰ ਜੀ, ਕ੍ਰਿਸ਼ਨ ਜੀ ਮੌੜਾਂ ਅਤੇ ਲਾਭਚੰਦ ਜੀ ਦੇਦਨਾ। ਬੋਲੋ ਨਮੋੜ ਵਾਲੇ ਸ਼ਿਵ ਸਰੂਪ ਸਵਾਮੀ ਦੂਧਾਧਾਰੀ ਜੀ ਮਹਾਰਾਜ ਕੀ ਜੈ। ਟਿੱਲਾ ਸ਼੍ਰੀ ਦੁਧੇਸ਼ਵਰ ਮਹਾਂਦੇਵ ਸ਼ਿਵ ਧਾਮ ਕੀ ਜੈ। ਪੌਣੀ ਜੇ ਭੁਗਤੀ ਮੁਕਤੀ ਆਓ ਸ਼ਿਵ ਧਾਮ ਜੀ, ਸੇਵਕਾਂ ਦਾ ਸੰਦੇਸ਼ ਸਵੀਕਾਰ ਹੋਵੇ ਜੀ। ਨਮੋ ਨਾਰਾਇਣ, ਨਮੋ ਨਾਰਾਇਣ, ਨਮੋ ਨਾਰਾਇਣ। ਹਮਾਰੀ ਪੁਰਾਤਨ ਸਨਾਤਨ ਸੰਸਕ੍ਰਿਤੀ ਕੀ ਜੈ।